ਹਾਂਜੀ ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਸਵਾਗਤ ਹੈ ਤੁਹਾਡਾ ਪੰਜਾਬ ਕਲਾਸਿਸ ਜਲਾਲਾਬਾਦ ਦੇ ਉੱਪਰ। ਮੈਂ ਤੁਹਾਡਾ ਸਾਥੀ ਅਨੀਸ਼ ਕੁਮਾਰ ਭਾਟਾ। ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਹਰੇਕ ਪੇਪਰ ਦੇ ਲਈ ਪੰਜਾਬੀ ਨੂੰ ਕੰਪਲਸਰੀ ਕਰ ਦਿੱਤਾ ਗਿਆ ਹੈ, ਤੇ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਇਸ ਪਲੇਟਫਾਰਮ ਦੇ ਦੁਆਰਾ ਪੰਜਾਬੀ ਦੀ ਜਿਹੜੀ ਆ ਫੁੱਲ ਤਿਆਰੀ ਕਰਵਾਈ ਜਾ ਰਹੀ ਹੈ, ਤੇ ਉਹਦੇ ਵਿੱਚ ਅਸੀਂ ਇੱਕ ਕਲਾਸ ਪਹਿਲਾਂ ਲਗਾ ਚੁੱਕੇ ਹਾਂ ਜਿਹਦੇ ਅਸੀਂ ਪੰਜਾਬੀ ਵਿਆਕਰਨ ਦੇ ਨਾਲ ਸੰਬੰਧਿਤ ਜਿਹੜੇ ਮੂਲ ਸੰਕਲਪ ਹੈ ਉਸ ਦੇ ਨਾਲ ਜਿਹੜੇ ਪੰਜਾਬੀ ਧੁਨੀ ਵਿਉਂਤ ਹੈ ਉਹਦਾ ਜਿਹੜਾ ਇੱਕ ਪੂਰੀ ਦੀ ਪੂਰੀ ਜਿਹੜੀ ਮੈਰਾਥਨ ਕਲਾਸ ਲਗਾਈ ਹੈ, ਜਿਹਦੇ ਵਿੱਚ ਅਸੀਂ ਪੰਜਾਬੀ ਧੁਨੀਆਂ ਦੇ ਨਾਲ ਸੰਬੰਧਿਤ ਜਿੰਨੇ ਵੀ ਪ੍ਰਸ਼ਨ ਬਣਦੇ ਆ ਉਹਨਾਂ ਨੂੰ ਸ਼ਾਮਿਲ ਕੀਤਾ ਹੈ, ਤੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਸੀ ਕਿ ਪੰਜਾਬੀ ਧੁਨੀ ਵਿਉਂਤ ਕੀ ਹੈ ਤੇ ਇਸ ਦੀ ਵੰਡ ਕਿਸ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਉਸੇ ਲੜੀ ਦੇ ਵਿੱਚ ਅੱਜ ਦੀ ਜਿਹੜੀ ਸਾਡੀ ਕਲਾਸ ਹੈ ਉਹ ਅਸੀਂ ਲੈ ਕੇ ਆਏ ਹਾਂ, ਤੇ ਜਿਹਦਾ ਸਾਡਾ ਅੱਜ ਦਾ ਵਿਸ਼ਾ ਹੈ ਪੰਜਾਬੀ ਭਾਸ਼ਾ ਅਤੇ ਉਸ ਦੀਆਂ ਉਪ ਭਾਸ਼ਾਵਾਂ। ਠੀਕ ਹੈ ਜੀ, ਪੰਜਾਬੀ ਭਾਸ਼ਾ ਅਤੇ ਉਸ ਦੀਆਂ ਉਪ ਭਾਸ਼ਾਵਾਂ, ਇਹਦੇ ਬਾਰੇ ਅਸੀਂ ਅੱਜ ਜਿਹੜੀ ਹੈ ਪੂਰੀ ਦੀ ਪੂਰੀ ਜਿਹੜੀ ਹੈ ਚਰਚਾ ਕਰਾਂਗੇ, ਤੇ ਜਿਹਦੇ ਵਿੱਚ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਪੰਜਾਬੀ ਭਾਸ਼ਾ ਜਿਹੜੀ ਹੈ ਉਹ ਪੈਦਾ ਕਿਵੇਂ ਹੋਈ, ਉਸ ਦੀਆਂ ਜਿਹੜੀਆਂ ਕਿਹੜੀਆਂ ਕਿਹੜੀਆਂ ਉਪ ਭਾਸ਼ਾਵਾਂ ਹੈ, ਤੇ ਉਹਨਾਂ ਜਿਹੜੀਆਂ ਉਪ ਭਾਸ਼ਾਵਾਂ ਉਹਨਾਂ ਦੀ ਪਛਾਣ ਚਿੰਨ੍ਹ ਕੀ ਹੈ, ਅਸੀਂ ਕਿਸੇ ਉਪ ਭਾਸ਼ਾ ਨੂੰ ਪਛਾਣ ਕਿੱਦਾਂ ਸਕਦੇ ਹਾਂ, ਉਸ ਤੋਂ ਇਲਾਵਾ ਜਿਹੜੀਆਂ ਉਪ ਭਾਸ਼ਾਵਾਂ ਹੈ ਉਹ ਜਿਹੜੀਆਂ ਹੈ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਜਾਂ ਕਿਹੜੇ ਕਿਹੜਾ ਸਾਡਾ ਜ਼ਿਲ੍ਹਾ ਹੈ ਉਹਦੇ ਵਿੱਚ ਜਿਹੜੀ ਕਿਹੜੀ ਕਿਹੜੀ ਉਪ ਭਾਸ਼ਾ ਜਿਹੜੀ ਹੈ ਬੋਲੀ ਜਾਂਦੀ ਹੈ, ਤੇ ਉਸ ਉਪ ਭਾਸ਼ਾ ਦੀ ਪਛਾਣ ਅਸੀਂ ਕਿੱਦਾਂ ਕਰ ਸਕਦੇ ਹਾਂ, ਉਸ ਉਪ ਭਾਸ਼ਾ ਦੇ ਜਿਹੜੇ ਵਾਕ ਹੈ ਉਸਦਾ ਵਿਆਕਰਣ ਜਾਂ ਉਸ ਉਪ ਭਾਸ਼ਾ ਦੇ ਵਿੱਚ ਜਿਹੜੇ ਖਾਸ ਸ਼ਬਦ ਬੋਲੇ ਜਾਂਦੇ ਆ ਉਹਨਾਂ ਸਭ ਦੇ ਬਾਰੇ ਅਸੀਂ ਅੱਜ ਕੀ ਹੈ ਸਾਡੇ ਇਸ ਕਲਾਸ ਦੇ ਵਿੱਚ ਕੀ ਜਾਣਕਾਰੀ ਲਵਾਂਗੇ, ਤੇ ਸ਼ੁਰੂ ਕਰਦੇ ਹਾਂ ਅਸੀਂ ਅੱਜ ਦੀ ਕਲਾਸ ਜਿਹਦੇ ਵਿੱਚ ਸਾਡਾ ਪਹਿਲਾ ਵਿਸ਼ਾ ਹੈ ਭਾਸ਼ਾ। ਸਭ ਤੋਂ ਪਹਿਲਾਂ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਭਾਸ਼ਾ ਕੀ ਚੀਜ਼ ਹੈ, ਤੇ ਜਿੱਦਾਂ ਕਿ ਅਸੀਂ ਜਾਣਦੇ ਹਾਂ ਕਿ ਭਾਸ਼ਾ ਜਿਹੜੀ ਹੈ ਇੱਕ ਉਹ ਚੀਜ਼ ਹੈ ਜਾਂ ਉਹ ਵਸਤੂ ਹੈ ਜਾਂ ਉਹ ਵਰਤਾਰਾ ਹੈ ਜਿਹਦੇ ਦੁਆਰਾ ਮਨੁੱਖ ਜਿਹੜਾ ਕੀ ਹੈ ਆਪਦੇ ਹਾਵ ਭਾਵ ਜਾਂ ਆਪਦੀ ਗੱਲ ਨੂੰ ਜਿਹੜਾ ਕਿ ਦੂਸਰਿਆਂ ਤੱਕ ਪਹੁੰਚਾਉਂਦਾ ਹੈ। ਠੀਕ ਹੈ ਜੀ, ਭਾਸ਼ਾ ਉਹ ਵਰਤਾਰਾ ਹੈ ਜਿਹੜਾ ਜਿਸ ਦੇ ਦੁਆਰਾ ਮਨੁੱਖ ਜਿਹੜਾ ਹੈ ਆਪਦੇ ਹਾਵ ਭਾਵ ਆਪਦੀ ਗੱਲ ਆਪਦੇ ਵਿਚਾਰ ਜਿਹੜੇ ਹੈ ਆਪਦੇ ਤੋਂ ਦੂਸਰਿਆਂ ਤੱਕ ਪਹੁੰਚਾਉਂਦਾ ਹੈ ਜਾਂ ਦੂਸਰਿਆਂ ਤੋਂ ਜਿਹੜੇ ਦੂਸਰਿਆਂ ਦੇ ਵਿਚਾਰ ਹੈ ਉਹਨਾਂ ਨੂੰ ਗ੍ਰਹਿਣ ਕਰਦਾ ਹੈ, ਉਹ ਵੀ ਕਿੰਦੇ ਰਾਹੀਂ ਕਰਦਾ ਹੈ ਭਾਸ਼ਾ ਦੇ ਦੁਆਰਾ। ਜਿੱਦਾਂ ਕਿ ਲਿਖਿਆ ਪੰਜਾਬ ਭਾਸ਼ਾ ਮਨੁੱਖੀ ਮਨ ਵਿੱਚ ਪੈਦਾ ਹੋਣ ਵਾਲੇ ਭਾਵਾਂ ਵਿਚਾਰਾਂ ਅਨੁਭਵਾਂ ਆਦਿ ਨੂੰ ਪ੍ਰਗਟ ਕਰਨ ਲਈ ਧੁਨੀ ਯੰਤਰ ਵਿੱਚੋਂ ਨਿਕਲੀਆਂ ਧੁਨੀਆਂ ਦੇ ਅਜਿਹੇ ਸਮੂਹ ਨੂੰ ਕਹਿੰਦੇ ਹਨ ਜਿਸ ਦੇ ਅਰਥ ਨਿਸ਼ਚਿਤ ਹਨ। ਕਹਿਣ ਦਾ ਭਾਵ ਕੀ ਹੈ ਕਿ ਜਿਹੜੀ ਭਾਸ਼ਾ ਹੈ ਭਾਸ਼ਾ ਇੱਕ ਧੁਨੀ ਪ੍ਰਬੰਧ ਹੈ, ਮਨੁੱਖ ਜਿਹੜਾ ਹੈ ਧੁਨੀਆਂ ਦੇ ਦੁਆਰਾ ਜਿਹੜੀ ਕੀ ਹੈ ਭਾਸ਼ਾ ਨੂੰ ਕੀ ਕਰਦਾ ਵਿਅਕਤ ਕਰਦਾ ਹੈ, ਤੇ ਜਿਹਦੇ ਦੁਆਰਾ ਕੀ ਹੈ ਮਨੁੱਖ ਆਪਣੇ ਵਿਚਾਰਾਂ ਅਨੁਭਵਾਂ ਜਾਂ ਭਾਵਾਂ ਨੂੰ ਕੀ ਕਰਦਾ ਵਿਅਕਤ ਕਰਦਾ। ਠੀਕ ਹੈ ਜੀ, ਹੁਣ ਕੀ ਕਹਿ ਰਹੇ ਨੇ ਇੱਥੇ, ਕੀ ਕਿਹਾ ਗਿਆ ਮੂੰਹ ਵਿੱਚੋਂ ਨਿਕਲੀਆਂ ਧੁਨੀਆਂ ਦੇ ਅਜਿਹੇ ਸਮੂਹ ਨੂੰ ਕਹਿੰਦੇ ਹਨ। ਕਹਿਣ ਦਾ ਭਾਵ ਕੀ ਹੈ, ਹੁਣ ਅਸੀਂ ਦੇਖਦੇ ਹਾਂ ਕਿ ਭਾਸ਼ਾ ਇੱਕ ਕੀ ਧੁਨੀ ਆਤਮਕ ਚੀਜ਼ ਹੈ, ਭਾਸ਼ਾ ਕੀ ਹੈ ਜੀ ਇੱਕ ਧੁਨੀ ਆਤਮਕ ਵਰਤਾਰਾ ਹੈ ਜਾਂ ਧੁਨੀ ਆਤਮਕ ਵਰਤਾਰਾ ਹੈ। ਹੁਣ ਅਸੀਂ ਦੇਖਦੇ ਹਾਂ ਕਿ ਜਿਹੜੇ ਪਸ਼ੂ ਪੰਛੀ ਹੈ ਜਾਂ ਉਸ ਤੋਂ ਇਲਾਵਾ ਜਿਹੜੇ ਜਾਨਵਰ ਹੈ ਉਹ ਵੀ ਇੱਕ ਤਰ੍ਹਾਂ ਦੀ ਕੀ ਹੈ ਧੁਨੀਆਂ ਪ੍ਰਗਟ ਕਰਦੇ ਆ, ਉਹਦੇ ਨਾਲ ਉਹ ਥੋੜ੍ਹਾ ਬਹੁਤ ਜਿਹੜਾ ਉਹਨਾਂ ਦਾ ਆਪਸ ਵਿੱਚ ਕੀ ਹੈ ਸੰਚਾਰ ਕਰਦੇ ਆ, ਪਰ ਉਸ ਨੂੰ ਭਾਸ਼ਾ ਨਹੀਂ ਕਿਹਾ ਜਾਂਦਾ। ਉਸ ਦਾ ਇੱਕ ਕਾਰਨ ਹੈ, ਜਿੱਦਾਂ ਕਿ ਅਸੀਂ ਦੇਖਦੇ ਹਾਂ ਇੱਕ ਰੇਲ ਗੱਡੀ ਦਾ ਜਿਹੜਾ ਗਾਰਡ ਹੈ ਉਹ ਕੀ ਕਰਦਾ ਹਰੀ ਝੰਡੀ ਕਰਦਾ, ਜਾਂ ਅਸੀਂ ਦੇਖਦੇ ਹਾਂ ਜੇ ਲਾਈਟਾਂ 'ਤੇ ਜਾਂਦੇ ਹਾਂ ਤਾਂ ਉਹਦੇ 'ਚ ਕੀ ਹੁੰਦਾ ਸਾਡੇ ਕੋਲ ਜਦੋਂ ਰੈੱਡ ਲਾਈਟ ਅਸੀਂ ਰੁਕ ਜਾਂਦੇ ਹਾਂ ਹਰੀ ਲਾਈਟ ਹੁੰਦੀ ਹੈ ਤਾਂ ਅਸੀਂ ਚੱਲ ਪੈਂਦੇ ਹਾਂ, ਉਹ ਵੀ ਇੱਕ ਤਰ੍ਹਾਂ ਦੀ ਭਾਸ਼ਾ ਹੀ ਹੈ ਪਰ ਸੰਕੇਤਕ ਭਾਸ਼ਾ ਹੈ, ਉਸ ਨੂੰ ਅਸੀਂ ਪੂਰਨ ਤੌਰ 'ਤੇ ਭਾਸ਼ਾ ਨਹੀਂ ਕਹਿੰਦੇ।
ਹੁਣ ਕੀ ਧੁਨੀ ਆਤਮਕ ਵਰਤਾਰੇ ਦਾ ਮਤਲਬ ਇਹੀ ਹੈ ਕਿ ਭਾਸ਼ਾ ਦਾ ਸਿੱਧੇ ਦਾ ਸਿੱਧਾ ਮਤਲਬ ਹੈ ਮੂੰਹ ਦੇ ਦੁਆਰਾ ਜਾਂ ਜਿਹੜਾ ਸਾਡਾ ਮੁੱਖ ਹੈ ਜਾਂ ਸਾਡਾ ਉਚਾਰਨ ਸਿਸਟਮ ਹੈ ਉਹਦੇ ਦੁਆਰਾ ਜਿਹੜੀਆਂ ਧੁਨੀਆਂ ਉਚਰਿਤ ਹੁੰਦੀਆਂ, ਸਾਰਥਕ ਧੁਨੀਆਂ ਉਚਰਿਤ ਹੁੰਦੀਆਂ, ਜਿਹਦੇ ਦੁਆਰਾ ਮਨੁੱਖ ਕੀ ਹੈ ਆਪਦੇ ਭਾਵਾਂ ਵਿਚਾਰਾਂ ਨੂੰ ਇੱਕ ਦੂਸਰੇ ਤੋਂ ਕੀ ਹੈ ਇੱਕ ਦੂਸਰੇ ਤੱਕ ਪਹੁੰਚਾਉਂਦਾ ਹੈ ਜਾਂ ਆਪਦੇ ਜਿਹੜੇ ਵਿਚਾਰ ਹੈ ਉਹਨਾਂ ਨੂੰ ਰੱਖਦਾ ਤੇ ਦੂਸਰਿਆਂ ਦੇ ਵਿਚਾਰਾਂ ਨੂੰ ਸੁਣਦਾ, ਉਸ ਨੂੰ ਹੀ ਭਾਸ਼ਾ ਕਿਹਾ ਜਾਂਦਾ ਹੈ। ਭਾਸ਼ਾ ਦਾ ਇੱਕ ਸੰਕੁਚਿਤ ਜਾਂ ਆਪਾਂ ਕਹਿ ਲਈਏ ਜੇਕਰ ਛੋਟਾ ਅਰਥ ਕਹਿ ਲਈਏ ਜਾਂ ਉਹਦਾ ਜਿਹੜਾ ਖੇਤਰ ਹੈ ਉਹ ਕੇਵਲ ਤੇ ਕੇਵਲ ਧੁਨੀ ਆਤਮਕ ਜਿਹੜੇ ਸਾਡੇ ਸ਼ਬਦ ਹੈ ਜਾਂ ਜਿਹੜੇ ਸਾਡੇ ਸ਼ਬਦ ਹੈ ਧੁਨੀਆਂ ਦੁਆਰਾ ਹੀ ਜਿਹੜਾ ਸਾਡਾ ਵਿਚਾਰਾਂ ਨੂੰ ਅਸੀਂ ਇੱਕ ਦੂਸਰੇ ਤੱਕ ਪਹੁੰਚਾਉਂਦੇ ਹਾਂ, ਸਿਰਫ ਉਹੀ ਇੱਕ ਭਾਸ਼ਾ ਦਾ ਖੇਤਰ ਹੈ। ਉਸ ਤੋਂ ਇਲਾਵਾ ਜਿਹੜੇ ਮੰਨ ਕੇ ਚੱਲੋ ਵੀ ਜਦੋਂ ਅਸੀਂ ਦੇਖਦੇ ਹਾਂ ਜਿਹੜੇ ਜਾਨਵਰ ਹੈ ਜਾਂ ਉਸ ਤੋਂ ਇਲਾਵਾ ਜਿਹੜੇ ਅਸੀਂ ਹਰੀ ਬੱਤੀ ਦੀ ਗੱਲ ਕੀਤੀ ਹੈ ਉਹਨਾਂ ਨੂੰ ਅਸੀਂ ਭਾਸ਼ਾ ਦੇ ਵਿੱਚ ਨਹੀਂ ਗਿਣਦੇ। ਹੁਣ ਜਿੱਦਾਂ ਕਿ ਸਾਡੇ ਕੋਲ ਕੁਛ ਜਿਹੜੀਆਂ ਕੀ ਹੈ ਪਰਿਭਾਸ਼ਾਵਾਂ ਹੈਗੀਆਂ, ਦੁਨੀ ਚੰਦ ਦੀ ਭਾਸ਼ਾ ਹੈ ਪਰਿਭਾਸ਼ਾ, ਮਨ ਦੇ ਭਾਵ ਪ੍ਰਗਟ ਕਰਨ ਲਈ ਚਿੰਨ੍ਹਾਂ ਸੰਕੇਤ ਧੁਨੀਆਂ ਦਾ ਉਚਾਰਨ ਕੀਤਾ ਜਾਂਦਾ ਹੈ ਉਸ ਨੂੰ ਭਾਸ਼ਾ ਕਹਿੰਦੇ ਹਨ। ਜਿੱਦਾਂ ਅਸੀਂ ਚਰਚਾ ਕੀਤੀ ਹੈ ਕਿ ਕੇਵਲ ਤੇ ਕੇਵਲ ਜਿਹੜੇ ਧੁਨੀ ਆਤਮਕ ਰੂਪ ਦੇ ਵਿੱਚ ਸਾਰਥਕ ਜਿਹੜੀ ਧੁਨੀਆਂ ਹੈ ਉਹਨਾਂ ਦੇ ਉਚਾਰਨ ਦੇ ਦੁਆਰਾ ਜਿਹੜਾ ਅਸੀਂ ਆਪਣੇ ਭਾਵਾਂ ਨੂੰ ਦੂਸਰੇ ਤੱਕ ਵਿਅਕਤ ਕਰਦੇ ਹਾਂ ਉਸ ਨੂੰ ਹੀ ਭਾਸ਼ਾ ਕਿਹਾ ਜਾਂਦਾ ਹੈ। ਹੁਣ ਜਿਹੜਾ ਇੱਕ ਮਨੁੱਖ ਹੈ ਉਹ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਕੀ ਹੈ ਧੁਨੀਆਂ ਪ੍ਰਗਟ ਕਰ ਸਕਦਾ ਹੈ, ਲੇਕਿਨ ਇੱਕ ਭਾਸ਼ਾ ਦੀਆਂ ਕੇਵਲ ਤੇ ਕੇਵਲ ਸੀਮਿਤ ਧੁਨੀਆਂ ਹੁੰਦੀਆਂ। ਜਿੱਦਾਂ ਅਸੀਂ ਪੰਜਾਬੀ ਭਾਸ਼ਾ ਦੀਆਂ ਕਿੰਨੀਆਂ ਧੁਨੀਆਂ ਜੀ, ਪੰਜਾਬੀ ਭਾਸ਼ਾ ਦੀਆਂ 41 ਧੁਨੀਆਂ ਹਨ। ਹੁਣ ਇਹਨਾਂ 41 ਧੁਨੀਆਂ ਦੇ ਵਿੱਚ ਹੀ ਜਿਹੜੀ ਪੰਜਾਬੀ ਭਾਸ਼ਾ ਦਾ ਸਾਰਾ ਵਰਤਾਰਾ ਜਿਹੜਾ ਉਹ ਕੰਮ ਕਰਦਾ ਹੈ, ਠੀਕ ਹੈ ਜੀ। ਪੰਜਾਬੀ ਭਾਸ਼ਾ ਜਦੋਂ ਅਸੀਂ ਬੋਲਦੇ ਹਾਂ ਤੇ ਕੇਵਲ ਅਸੀਂ 41 ਧੁਨੀਆਂ ਦੀ ਹੀ ਵਰਤੋਂ ਕਰਦੇ ਹਾਂ, ਠੀਕ ਹੈ ਜੀ। ਪਰ ਜਿਹੜਾ ਮਨੁੱਖ ਹੈ ਬਹੁਤ ਸਾਰੀਆਂ ਧੁਨੀਆਂ ਦੀ ਵਰਤੋਂ ਕਰ ਸਕਦਾ ਹੈ, ਪਰ ਇੱਕ ਭਾਸ਼ਾ ਦੀਆਂ ਕੇਵਲ ਸੀਮਿਤ ਧੁਨੀਆਂ ਹੁੰਦੀਆਂ, ਜਿਸ ਤਰ੍ਹਾਂ ਕਿ ਪੰਜਾਬੀ ਦੀਆਂ ਕਿੰਨੀਆਂ 41 ਸੀਮਿਤ ਧੁਨੀਆਂ ਹਨ। ਹੁਣ ਉਸੇ ਤਰ੍ਹਾਂ ਕਿਹਾ ਗਿਆ ਕਿ ਜਿਹੜੀ ਸੰਕੇਤਕ ਧੁਨੀਆਂ ਦੁਆਰਾ ਉਚਾਰਨ ਕੀਤਾ ਜਾਂਦਾ ਹੈ ਉਸ ਨੂੰ ਹੀ ਭਾਸ਼ਾ ਕਹਿੰਦੇ ਹਨ। ਕਹਿਣ ਦਾ ਭਾਵ ਕੀ ਹੈ ਧੁਨੀਆਤਮਕ ਰੂਪ ਦੇ ਵਿੱਚ ਜਿਹੜੀ ਪੰਜਾਬੀ ਮਨੁੱਖ ਹੈ ਉਹ ਕੀ ਕਰਦਾ ਹੈ ਆਪਦੇ ਭਾਵਾਂ ਨੂੰ ਵਿਅਕਤ ਕਰਦਾ ਹੈ, ਠੀਕ ਹੈ। ਉਸੇ ਤਰ੍ਹਾਂ ਕੀ ਪੰਜਾਬੀ ਭਾਸ਼ਾ ਹੈ, ਜੇਕਰ ਕੋਈ ਅੰਗਰੇਜ਼ ਹੈ ਉਹ ਆਪਦੀ ਭਾਸ਼ਾ ਦੇ ਵਿੱਚ ਗੱਲ ਕਰਦਾ ਪਰ ਉਹ ਉਚਾਰਨ ਕਿੱਦਾਂ ਕਰਦਾ ਹੈ ਧੁਨੀਆਂ ਦਾ। ਧੁਨੀਆਂ ਤੋਂ ਸ਼ਬਦ ਬਣਦੇ ਆ ਤੇ ਸ਼ਬਦਾਂ ਤੋਂ ਕੀ ਬਣਦੇ ਆ ਜੀ ਵਾਕ ਬਣਦੇ ਆ। ਹੁਣ ਬੋਲੀ ਮਨੁੱਖ ਦੀ ਉਸ ਚੇਸ਼ਟਾ ਕੰਮ ਨੂੰ ਆਖਦੇ ਹਨ ਜਿਸ ਦੇ ਰਾਹੀਂ ਮਨੁੱਖ ਆਪਣੇ ਉਚਾਰਨ ਸੰਬੰਧੀ ਸਰੀਰਕ ਅੰਗ ਤੋਂ ਉਚਾਰਨ ਕੀਤੇ ਗਏ ਸ਼ਬਦਾਂ ਦੁਆਰਾ ਆਪਣੇ ਵਿਚਾਰ ਦੂਸਰਿਆਂ ਪ੍ਰਤੀ ਪ੍ਰਗਟ ਕਰਦਾ ਹੈ। ਕਹਿਣ ਦਾ ਭਾਵ ਕੀ ਹੈ ਉਹੀ ਗੱਲ ਹੈ ਵੀ ਜਿਹੜੇ ਸਾਡੇ ਉਚਾਰਨ ਅੰਗ ਹੈ ਉਹਨਾਂ ਤੋਂ ਜਿਹੜੇ ਅਸੀਂ ਸ਼ਬਦ ਵਿਅਕਤ ਕਰਦੇ ਹਾਂ ਉਹਨਾਂ ਦੀ ਵਰਤੋਂ ਜਿਹੜੀ ਅਸੀਂ ਕੀ ਆਪਦੇ ਵਿਚਾਰਾਂ ਨੂੰ ਜਾਂ ਆਪਦੇ ਅਨੁਭਵਾਂ ਨੂੰ ਜਿਹੜਾ ਦੂਸਰਿਆਂ ਤੱਕ ਪਹੁੰਚਾਉਣ ਲਈ ਵਰਤੋਂ ਕਰਦੇ ਹਾਂ ਉਸਨੂੰ ਉਸ ਵਰਤਾਰੇ ਸਾਰੇ ਨੂੰ ਕੀ ਕਿਹਾ ਜਾਂਦਾ ਹੈ ਜੀ ਭਾਸ਼ਾ ਕਿਹਾ ਜਾਂਦਾ ਹੈ। ਅੱਗੇ ਇੱਕ ਹੋਰ ਅਸੀਂ ਲੈ ਲੈਂਦੇ ਹਾਂ ਐਗਜ਼ਾਮਪਲ ਜਿਹੜੇ ਆ ਉਚਾਰਨ ਯੰਤਰ ਰਾਹੀਂ ਉਚਾਰੇ ਗਏ ਇੱਛਾ ਪੂਰਨ ਧੁਨੀ ਪ੍ਰਤੀਕਾਂ ਦੇ ਉਸ ਸਮੂਹ ਨੂੰ ਭਾਸ਼ਾ ਕਹਿੰਦੇ ਹਨ ਜਿਸ ਰਾਹੀਂ ਇੱਕ ਸਮਾਜ ਨਾਲ ਸੰਬੰਧ ਰੱਖਣ ਵਾਲੇ ਮਨੁੱਖ ਆਪਣੇ ਭਾਵਾਂ ਤੇ ਵਿਚਾਰਾਂ ਦਾ ਵਟਾਂਦਰਾ ਕਰਦੇ ਹਨ। ਹੁਣ ਕਹਿਣ ਦਾ ਭਾਵ ਕੀ ਹੈ ਇੱਥੇ ਇੱਕ ਹੋਰ ਜਿੱਦਾਂ ਅਸੀਂ ਪਿੱਛੇ ਚਰਚਾ ਕੀਤੀ ਹੈ ਪੰਜਾਬ ਕੋਈ ਵੀ ਭਾਸ਼ਾ ਕਿਉਂਕਿ ਧੁਨੀ ਆਤਮਕ ਭਾਸ਼ਾ ਹੈ। ਦੂਸਰਾ ਅਸੀਂ ਇਹ ਚਰਚਾ ਕੀਤੀ ਹੈ ਵੀ ਉਸ ਉਹਨਾਂ ਧੁਨੀਆਂ ਕੀ ਇਹ ਸੀਮਿਤ ਧੁਨੀਆਂ ਹੁੰਦੀਆਂ ਨੇ। ਤੀਜਾ ਇਹ ਹੈ ਵੀ ਉਹ ਕੀ ਸਾਰਥਕ ਹੋਣੀਆਂ ਚਾਹੀਦੀਆਂ ਨੇ, ਜਿੱਦਾਂ ਕਿ ਪਸ਼ੂਆਂ ਪੰਛੀਆਂ ਦੀ ਜਿਹੜੀ ਧੁਨੀਆਂ ਤਾਂ ਹੈ ਪਰ ਉਹ ਸਾਰਥਕ ਨਹੀਂ, ਇਸ ਲਈ ਉਹਨਾਂ ਨੂੰ ਭਾਸ਼ਾ ਅਸੀਂ ਨਹੀਂ ਕਹਿ ਸਕਦੇ। ਪੇਪਰ ਦੇ ਵਿੱਚ ਅਕਸਰ ਪ੍ਰਸ਼ਨ ਬਣ ਜਾਂਦਾ ਹੈ ਕਿ ਜਿਹੜੇ ਪਸ਼ੂ ਪੰਛੀਆਂ ਦੀ ਜਿਹੜੀ ਧੁਨੀਆਂ ਹੈ ਕੀ ਉਹਨਾਂ ਨੂੰ ਭਾਸ਼ਾ ਕਹਿ ਲਿਆ ਜਾਂਦਾ ਹੈ, ਤਾਂ ਸਾਡਾ ਕੁਸ਼ਚਨ ਦੇ ਵਿੱਚ ਜਿਹੜਾ ਸਾਡਾ ਉੱਤਰ ਹੋਵੇਗਾ ਉਹ ਕੀ ਹੋਵੇਗਾ ਨਾਂ ਦੇ ਵਿੱਚ ਹੋਵੇਗਾ। ਹੁਣ ਇੱਥੇ ਇੱਕ ਗੱਲ ਹੋਰ ਕੀਤੀ ਗਈ ਹੈ ਉਚਾਰਨ ਯੰਤਰ ਰਾਹੀਂ ਉਚਾਰੇ ਗਏ ਇੱਛਾ ਪੂਰਨ ਧੁਨੀ ਪ੍ਰਤੀਕਾਂ ਦੇ ਉਸ ਸਮੂਹ ਨੂੰ ਭਾਸ਼ਾ ਕਹਿੰਦੇ ਹਨ ਜਿਸ ਰਾਹੀਂ ਇੱਕ ਸਮਾਜ ਨਾਲ ਸੰਬੰਧਿਤ, ਕਹਿਣ ਦਾ ਭਾਵ ਕੀ ਹੈ
ਇੱਕ ਭਾਸ਼ਾ ਦਾ ਆਪਦਾ ਸੀਮਿਤ ਖੇਤਰ ਹੁੰਦਾ ਹੈ, ਜਿੱਦਾਂ ਕਿ ਇੱਕ ਪੰਜਾਬੀ ਭਾਸ਼ਾ ਹੈ, ਠੀਕ ਹੈ, ਜਿਹਦਾ ਇੱਕ ਆਪਦਾ ਸੀਮਿਤ ਖੇਤਰ ਹੈ। ਸਮਾਜ ਦੇ ਨਾਲ ਸੰਬੰਧ ਰੱਖਣ ਵਾਲੇ ਮਨੁੱਖ ਆਪਣੇ ਭਾਵਾਂ ਅਤੇ ਵਿਚਾਰਾਂ ਦਾ ਵਟਾਂਦਰਾ ਕਰਦੇ ਹਨ। ਹੁਣ ਕਹਿਣ ਦਾ ਭਾਵ ਕੀ ਹੈ, ਮੈਂ ਪੰਜਾਬੀ ਦੇ ਵਿੱਚ ਗੱਲ ਕਿਹਦੇ ਨਾਲ ਕਰ ਸਕਦਾ? ਸਿਰਫ ਇੱਕ ਪੰਜਾਬੀ ਦੇ ਨਾਲ। ਜੇਕਰ ਭਾਸ਼ਾ ਦਾ ਮੁੱਖ ਕਾਰਜ ਕੀ ਹੈ, ਸੰਚਾਰ ਕਰਨਾ, ਅਤੇ ਜੇਕਰ ਮੈਂ ਕਿਸੇ ਅੰਗਰੇਜ਼ ਨਾਲ ਪੰਜਾਬੀ ਵਿੱਚ ਗੱਲ ਕਰਾਂਗਾ, ਉਹਨੂੰ ਪੰਜਾਬੀ ਨਹੀਂ ਆਉਂਦੀ, ਤਾਂ ਫਿਰ ਉੱਥੇ ਕੀ ਹੈ, ਜਿਹੜੇ ਭਾਸ਼ਾ ਦਾ ਮੁੱਖ ਕਾਰਜ ਸੰਚਾਰ ਹੈ, ਉਹ ਕੀ ਹੋਵੇਗਾ? ਨਹੀਂ ਹੋਵੇਗਾ। ਇਸੇ ਤਰ੍ਹਾਂ ਕੀ ਹੈ, ਹਰੇਕ ਭਾਸ਼ਾ ਜਿਹੜੀ ਹੈ ਉਹ ਆਪਦੇ ਇੱਕ ਸੀਮਿਤ ਖੇਤਰ ਹੈ, ਜਿਹੜੇ ਉਹਨੂੰ ਜਾਣਨ ਵਾਲੇ ਵਿਅਕਤੀ ਹੈ ਉਹਨਾਂ ਦੇ ਵਿੱਚ ਹੀ ਸਾਰਥਕ ਹੁੰਦੀ ਹੈ। ਅਦਰਵਾਈਜ਼ ਕੀ ਹੈ, ਕਿਸੇ ਹੋਰ ਅਣਜਾਣ ਬੰਦੇ ਵਾਸਤੇ ਜਿਹੜਾ ਉਹ ਧੁਨੀ ਆਤਮਕ ਰੂਪ ਹੈ, ਵਰਤਾਰਾ ਹੈ, ਉਹ ਭਾਸ਼ਾ ਨਹੀਂ। ਠੀਕ ਹੈ ਜੀ, ਭਾਸ਼ਾ ਦਾ ਕੀ ਇੱਕ ਸੀਮਿਤ ਖੇਤਰ ਹੈ। ਇਹਨਾਂ ਤਿੰਨਾਂ ਐਗਜ਼ਾਮਪਲਾਂ ਤੋਂ ਸਾਨੂੰ ਕਾਫੀ ਸਾਰੀਆਂ ਚੀਜ਼ਾਂ ਵੇਖਣ ਨੂੰ ਮਿਲ ਗਈਆਂ ਨੇ। ਇੱਕ ਤਾਂ ਕੀ, ਭਾਸ਼ਾ ਇੱਕ ਧੁਨੀ ਆਤਮਕ ਰੂਪ ਹੈ, ਧੁਨੀਆਂ ਦੇ ਉਚਾਰਨ ਦੁਆਰਾ ਸਾਰਥਕ, ਧੁਨੀਆਂ ਦੇ ਉਚਾਰਨ ਦੁਆਰਾ ਜਿਹੜਾ ਮਨੁੱਖ ਆਪਦੇ ਜਿਹੜੇ ਹੈ ਹਾਵ ਭਾਵ ਨੂੰ ਪ੍ਰਗਟ ਕਰਦਾ ਹੈ, ਉਸਨੂੰ ਕੀ ਕਿਹਾ ਜਾਂਦਾ ਹੈ, ਭਾਸ਼ਾ ਕਿਹਾ ਜਾਂਦਾ ਹੈ। ਦੂਸਰਾ ਕਿ ਹਰੇਕ ਭਾਸ਼ਾ ਦੀ ਆਪਦੀਆਂ ਸੀਮਿਤ ਧੁਨੀਆਂ ਨੇ, ਠੀਕ ਹੈ ਜੀ। ਉਸ ਤੋਂ ਇਲਾਵਾ ਕਿ ਹਰੇਕ ਭਾਸ਼ਾ ਦਾ ਆਪਦਾ ਇੱਕ ਸਮਾਜ ਹੈ, ਜਿਹਦੇ ਵਿੱਚ ਕੀ ਹੈ ਉਹ ਸਾਰਥਕ ਹੁੰਦੀ ਹੈ, ਜਾਣੀ ਜਾਂਦੀ ਹੈ, ਪਹਿਚਾਣੀ ਜਾਂਦੀ ਹੈ, ਸੁਣੀ ਜਾਂ ਬੋਲੀ ਜਾਂਦੀ ਹੈ। ਠੀਕ ਹੈ ਜੀ, ਹੁਣ ਅਗਲਾ ਆ ਗਿਆ ਸਾਡੇ ਕੋਲ ਪੰਜਾਬੀ ਭਾਸ਼ਾ। ਹੁਣ ਪੰਜਾਬੀ ਭਾਸ਼ਾ, ਜਿੱਦਾਂ ਅਸੀਂ ਜਾਣਦੇ ਹਾਂ ਕਿ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹਾਂ, ਠੀਕ ਹੈ, ਪੰਜਾਬ ਦੇ ਵਿੱਚ ਕਿਹੜੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ? ਪੰਜਾਬੀ ਭਾਸ਼ਾ ਦੀ। ਪਰ ਅਸੀਂ ਇਹ ਵੀ ਜਾਣਦੇ ਹਾਂ ਕਿ ਭਾਰਤ ਤੋਂ ਇਲਾਵਾ ਜਾਂ ਇਸ ਪੰਜਾਬ ਜਿਹਨੂੰ ਅਸੀਂ ਪੂਰਬੀ ਪੰਜਾਬ ਕਹਿੰਦੇ ਹਾਂ, ਉਸ ਤੋਂ ਇਲਾਵਾ ਪਾਕਿਸਤਾਨੀ ਪੰਜਾਬ, ਕਨੇਡਾ, ਅਮਰੀਕਾ, ਇੰਗਲੈਂਡ ਦੇ ਵਿੱਚ ਵਸਦੇ ਪੰਜਾਬੀ ਵੀ ਕੀ ਹੈ, ਪੰਜਾਬੀ ਭਾਸ਼ਾ ਦੀ ਕੀ ਹੈ, ਵਰਤੋਂ ਕਰਦੇ ਹੈ। ਹੁਣ ਅੱਜ ਜਿਹੜਾ ਸਾਡਾ ਅੱਜ ਦਾ ਮਕਸਦ ਹੈ, ਭਾਸ਼ਾ ਦੇ ਬਾਰੇ ਅਸੀਂ ਜਾਣਿਆ, ਉਸ ਤੋਂ ਬਾਅਦ ਅਸੀਂ ਪੰਜਾਬੀ ਭਾਸ਼ਾ ਦੇ ਬਾਰੇ ਜਾਣਨਾ ਹੈ, ਅਤੇ ਉਸ ਤੋਂ ਇਲਾਵਾ ਜਿਹੜੀ ਪੰਜਾਬੀ ਭਾਸ਼ਾ ਦੀ ਆ ਉਪ ਭਾਸ਼ਾਵਾਂ ਨੇ ਉਹਨਾਂ ਦੀ ਪਹਿਚਾਣ ਵੀ ਕਰਨੀ ਹੈ। ਹੁਣ ਜਿੱਦਾਂ ਸਾਡੇ ਕੋਲ ਲਿਖਿਆ, ਇੱਕ ਵੱਡੇ ਪੰਜਾਬੀ ਭਾਈਚਾਰੇ ਦੀ ਭਾਸ਼ਾ ਜਿਹੜੀ ਹੈ ਕਿ ਉਹ ਪੰਜਾਬੀ ਹੈ। ਅੱਜ ਕੱਲ੍ਹ ਦੀ ਗਿਣਤੀ ਮੁਤਾਬਕ ਪੰਜਾਬੀ ਨੂੰ ਬੋਲਣ ਵਾਲੇ ਕੋਈ 11 ਕਰੋੜ ਵਿਅਕਤੀ ਹਨ। ਹੁਣ ਇਹ 11 ਕਰੋੜ ਵਿਅਕਤੀ ਜਿਹੜੇ ਆ ਉਹ ਕੀ ਹੈ, ਪੰਜਾਬ ਦੇ ਵਿੱਚ ਜਾਂ ਭਾਰਤ ਦੇ ਅਲੱਗ ਅਲੱਗ ਇਲਾਕੇ, ਚਾਹੇ ਦਿੱਲੀ ਹੈ, ਠੀਕ ਹੈ, ਥੋੜ੍ਹੀ ਹਰਿਆਣਾ ਹੈ ਜਾਂ ਹਿਮਾਚਲ ਹੈ, ਉਸ ਤੋਂ ਇਲਾਵਾ ਚੰਡੀਗੜ੍ਹ ਕਹਿ ਲਈਏ, ਜਾਂ ਉਸ ਤੋਂ ਇਲਾਵਾ ਜਿਹੜਾ ਪਾਕਿਸਤਾਨੀ ਪੰਜਾਬ ਹੈ ਉਹਦੇ ਵਿੱਚ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਪੰਜਾਬੀ ਬੋਲੀ ਜਾਂਦੀ ਹੈ। ਅਕਸਰ ਪ੍ਰਸ਼ਨ ਆ ਜਾਂਦਾ ਹੈ ਕਿ ਦੁਨੀਆ ਦੇ ਕਿਸ ਖੇਤਰ ਵਿੱਚ ਜਿਹੜੀ ਪੰਜਾਬੀ ਸਭ ਤੋਂ ਵੱਧ ਬੋਲਣ ਵਾਲੇ ਜਿਹੜੇ ਲੋਕ ਆ ਕਿੱਥੇ ਰਹਿੰਦੇ ਆ, ਉਹ ਕਿੱਥੇ ਆ, ਪਾਕਿਸਤਾਨੀ ਪੰਜਾਬ ਦੇ ਵਿੱਚ, ਠੀਕ ਹੈ ਜੀ। ਪੰਜਾਬੀ ਭਾਸ਼ਾਈ ਲੋਕ ਭਾਰਤੀ ਪੰਜਾਬ ਅਤੇ ਇਸ ਦੇ ਨਾਲ ਨਾਲ ਲੱਗਦੇ ਹੋਰ ਰਾਜਾਂ ਦੇ ਇਲਾਕਿਆਂ ਅਤੇ ਪਾਕਿਸਤਾਨੀ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਤੋਂ ਇਲਾਵਾ ਕਨੇਡਾ, ਅਮਰੀਕਾ, ਇੰਗਲੈਂਡ, ਜਰਮਨੀ, ਸਿੰਗਾਪੁਰ, ਮਲਾਇਆ, ਜਾਂ ਅਫਗਾਨਿਸਤਾਨ ਅਤੇ ਅਫਰੀਕਾ ਆਦਿ ਤੋਂ ਜ਼ਿਆਦਾ ਦੇਸ਼ਾਂ ਵਿੱਚ ਵਸਦੇ ਰਸਦੇ ਹਨ। ਪਰ ਮੁੱਖ ਤੌਰ 'ਤੇ ਪੰਜਾਬ ਹੀ ਜਿਹੜਾ ਹੈ ਪੰਜਾਬੀ ਭਾਸ਼ਾ ਦਾ ਜੱਦੀ ਘਰ ਹੈ। ਜਿਹੜਾ ਪੰਜਾਬ ਹੈ ਕਿ ਉਹ ਪੰਜਾਬੀ ਭਾਸ਼ਾ ਦਾ ਜੱਦੀ ਘਰ ਹੈ। ਜੱਦੀ ਘਰ ਕਿਉਂ ਹੈ? ਕਿਉਂਕਿ ਪੰਜਾਬੀ ਪੈਦਾ ਕਿੱਥੇ ਹੋਈ ਹੈ ਜੀ? ਪੰਜਾਬ ਦੇ ਵਿੱਚ। ਜੇ ਪੰਜਾਬੀ ਪੰਜਾਬ ਦੇ ਵਿੱਚ ਪੈਦਾ ਹੋਈ ਹੈ ਤਾਂ ਉਹ ਕੀ ਹੈ, ਪੰਜਾਬ ਜਿਹੜਾ ਪੰਜਾਬੀ ਦਾ ਜੱਦੀ ਘਰ ਹੈ। ਜਿੱਦਾਂ ਕਰਕੇ ਸਾਡੇ ਜਿਹੜੇ ਪੁਰਖ ਆ ਉਹ ਕੀ ਹੈ, ਪੈਦਾ ਕਿੱਥੇ ਹੋਏ ਸੀ? ਮੇਰਾ ਜਿਹੜਾ ਦਾਦਾ ਜੀ ਉਹ ਪਾਕਿਸਤਾਨ ਦੇ ਵਿੱਚ ਪੈਦਾ ਹੋਏ ਸੀ, ਅਤੇ ਅਸੀਂ ਕੀ ਕਹਾਂਗੇ, ਮੇਰੇ ਦਾਦਾ ਜੀ ਦਾ ਜਿਹੜਾ ਜੱਦੀ ਘਰ ਹੈ ਉਹ ਕਿੱਥੇ ਹੈ ਜੀ? ਪਾਕਿਸਤਾਨ ਦੇ ਵਿੱਚ। ਜਿਸ ਤਰ੍ਹਾਂ ਕਿ ਪੰਜਾਬੀ ਦਾ ਜੱਦੀ ਘਰ ਕੀ ਹੈ ਜੀ? ਪੰਜਾਬ, ਜਿੱਥੇ ਪੰਜਾਬੀ ਭਾਸ਼ਾ ਪੈਦਾ ਹੋਈ। ਅਤੇ ਅੱਜ ਪੰਜਾਬ ਦੇ ਬਹੁਤ, ਮੰਨ ਕੇ ਕਹਿ ਲਈ ਸਾਰੇ ਪੰਜਾਬ ਜਾਂ ਉਸ ਤੋਂ ਇਲਾਵਾ ਜਿਹੜੇ ਬਾਹਰ ਬੈਠੇ ਲੋਕ ਹੈ ਜਿਹੜੇ ਪੰਜਾਬੀ ਨੂੰ ਜਾਣਦੇ ਆ, ਉਹ ਕੀ ਪੰਜਾਬੀ ਦੀ ਵਰਤੋਂ ਕਰਦੇ ਆ। ਹੁਣ ਸਾਡਾ ਅਗਲਾ ਪ੍ਰਸ਼ਨ ਬਣ ਜਾਂਦਾ ਹੈ, ਪੰਜਾਬੀ ਭਾਸ਼ਾ ਦਾ ਨਿਕਾਸ ਅਤੇ ਵਿਕਾਸ। ਠੀਕ ਹੈ ਜੀ, ਪੰਜਾਬੀ ਭਾਸ਼ਾ ਬਣੀ ਕਿੱਥੋਂ, ਇਹ ਕਿਸ ਤਰ੍ਹਾਂ ਪੈਦਾ ਹੋਈ? ਅਤੇ ਸਭ ਤੋਂ ਪਹਿਲਾਂ ਸਾਡਾ ਇਹ ਜਾਣਨਾ ਜ਼ਰੂਰੀ ਹੈ ਕਿ ਪੰਜਾਬੀ ਕੀ ਹੈ, ਇੱਕ ਆਰਿਆਈ ਭਾਸ਼ਾ ਹੈ। ਕਿਹੜੀ ਭਾਸ਼ਾ ਜੀ?
ਪੰਜਾਬੀ ਇੱਕ ਆਰਿਆਈ ਭਾਸ਼ਾ ਹੈ, ਕਹਿਣ ਦਾ ਮਤਲਬ ਕੀ ਹੈ, ਜਾਂ ਇਹਨੂੰ ਕਹਿ ਸਕਦੇ ਹਾਂ ਅਸੀਂ ਆਰੀਅਨ, ਆਰੀਅਨ ਭਾਸ਼ਾ ਹੈ ਪੰਜਾਬੀ। ਕੀ ਹੈ ਜੀ? ਇੱਕ ਆਰੀਅਨ ਭਾਸ਼ਾ ਹੈ। ਉਹ ਕਿਸ ਤਰ੍ਹਾਂ ਅਸੀਂ ਇਹ ਜਾਣਦੇ ਹਾਂ? ਹੁਣ ਕੀ ਸੀ ਵੀ ਜਦੋਂ ਅਸੀਂ ਦੇਖਦੇ ਹਾਂ ਵੀ ਜਿਹੜੀ ਖੋਜ ਹੋਈ ਆ ਉਹਦੇ ਮੁਤਾਬਕ 1500 ਈਸਵੀ ਪੂਰਵ ਦੇ ਕਰੀਬ ਜਿਹੜੇ ਹੈ ਆਰੀਆ ਲੋਕ ਹੈ ਉਹ ਕੀ ਹੈ ਭਾਰਤ ਦੇ ਵਿੱਚ ਦਾਖਲ ਹੁੰਦੇ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਜਦੋਂ ਆਰੀਅਨ ਲੋਕ ਇੱਥੇ ਆਉਂਦੇ ਹੈ ਤਾਂ ਇੱਥੇ ਜਿਹੜੇ ਆ ਦ੍ਰਾਵਿੜ ਲੋਕ ਜਿਹੜੇ ਆ ਉਹ ਰਹਿ ਰਹੇ ਹੁੰਦੇ ਆ। ਠੀਕ ਹੈ। ਪਰ ਜਿਹੜੀ ਆਰੀਅਨ ਜਿਹੜੇ ਲੋਕ ਹੈ ਉਹ ਜੰਗਲੀ ਲੋਕ ਹੈ, ਜਾਂ ਕਹਿ ਸਕਦੇ ਹਾਂ ਆਪਾਂ ਉਹ ਪੇਂਡੂ ਲੋਕ ਸਨ। ਠੀਕ ਹੈ। ਜੰਗਲਾਂ ਦੇ ਵਿੱਚ ਉਹ ਵਿਚਰਦੇ ਸਨ, ਇਸੇ ਕਰਕੇ ਉਹਨਾਂ ਦੇ ਵਿੱਚ ਕੀ ਹੈ ਇੱਕ ਸ਼ਿਕਾਰੀ ਸਕਿੱਲ ਬਹੁਤ ਸੀ ਉਹਨਾਂ ਦੇ ਵਿੱਚ। ਪਰ ਜਿਹੜੀ ਦ੍ਰਾਵਿੜ ਭਾਸ਼ਾ ਭਾਸ਼ਾ ਕਹਿ ਲਈਏ ਜਾਂ ਜਿਹੜੇ ਦ੍ਰਾਵਿੜ ਲੋਕ ਸਨ ਉਹ ਬਹੁਤ ਇੱਕ ਸ਼ਹਿਰੀ ਸਭਿਅਤਾ ਸੀ ਜਿਹੜੀ ਕਿ ਬਹੁਤ ਵਿਕਸਿਤ ਸੀ ਅਤੇ ਜਿਹੜੇ ਕੀ ਹੈ ਨੇਸਲੇ ਹੋ ਚੁੱਕੇ ਸੀ। ਠੀਕ ਹੈ। ਪਰ ਜਿਹੜੇ ਆਰੀਅਨ ਲੋਕ ਸੀ ਬਹੁਤ ਲੜਾਕੂ ਲੋਕ ਸੀ ਅਤੇ ਉਹਨਾਂ ਨੇ ਕੀ ਕੀਤਾ, ਬੜੀ ਹੀ ਛੇਤੀ ਜਿਹੜਾ ਕੀ ਹੈ ਦ੍ਰਾਵਿੜ ਲੋਕਾਂ ਦੇ ਉੱਪਰ ਕਬਜ਼ਾ ਕਰ ਲਿਆ। ਅਤੇ ਜਦੋਂ ਆਰੀਅਨ ਲੋਕ ਇੱਧਰ ਆਏ ਹੈ ਤਾਂ ਉਹ ਆਪਦੇ ਨਾਲ ਨਾਲ ਆਪਦੀ ਕੀ ਇੱਕ ਭਾਸ਼ਾ ਲਿਆਏ ਹੈ, ਆਰੀਅਨ ਭਾਸ਼ਾ। ਠੀਕ ਹੈ ਜੀ। ਅਤੇ ਆਰੀਅਨ ਭਾਸ਼ਾ ਦੀ ਫਿਰ ਸਾਨੂੰ ਪਹਿਚਾਣ ਕਿੱਥੋਂ ਹੁੰਦੀ ਹੈ? ਅਸੀਂ ਦੇਖਦੇ ਹਾਂ ਕਿ ਜਿਹੜਾ ਹੁਣ ਤੱਕ ਦਾ ਜਿਹੜਾ ਲਿਖਤੀ ਰੂਪ ਦੇ ਵਿੱਚ ਜਿਹੜਾ ਸਾਡੇ ਕੋਲ ਕੋਈ ਦੁਨੀਆ ਦਾ ਪੁਰਾਣਾ ਗ੍ਰੰਥ ਮਿਲਦਾ ਹੈ ਤਾਂ ਉਹ ਕਿਹੜਾ ਮਿਲਦਾ ਜੀ? ਰਿਗਵੇਦ। ਕਿਹੜਾ ਮਿਲਦਾ ਜੀ? ਰਿਗਵੇਦ। ਠੀਕ ਹੈ। ਅਤੇ ਰਿਗਵੇਦ ਦੀ ਭਾਸ਼ਾ ਜਿਹੜੀ ਹੈ ਉਹ ਕਿਹੜੀ ਭਾਸ਼ਾ ਹੈ ਜੀ? ਵੈਦਿਕ ਭਾਸ਼ਾ। ਠੀਕ ਹੈ ਜੀ। ਰਿਗਵੇਦ ਦੀ ਜਿਹੜੀ ਭਾਸ਼ਾ ਹੈ ਉਹ ਹੈ ਉਸ ਭਾਸ਼ਾ ਨੂੰ ਕੀ ਕਿਹਾ ਜਾਂਦਾ? ਵੈਦਿਕ ਭਾਸ਼ਾ। ਜਿਹੜੇ ਆਰੀਅਨ ਲੋਕ ਬਾਹਰ ਤੋਂ ਭਾਰਤ ਦੇ ਵਿੱਚ ਆਏ ਜਾਂ ਕਹਿ ਲਈਏ ਪੰਜਾਬ ਦੇ ਵਿੱਚ ਆਏ ਉਹ ਆਪਦੇ ਨਾਲ ਨਾਲ ਕੀ ਲਾਏ? ਇੱਕ ਵੈਦਿਕ ਭਾਸ਼ਾ। ਠੀਕ ਹੈ ਜੀ। ਅਤੇ ਜਿਹੜੇ ਉਹਨਾਂ ਦੇ ਜਿਹੜੇ ਵੈਦਿਕ ਜਿਹੜੇ ਆਪਾਂ ਕਹਿ ਲਈਏ ਪੁਰਖੇ ਸਨ ਉਹਨਾਂ ਨੇ ਕੀ ਕੀਤਾ? ਪੰਜਾਬ ਦੇ ਜਿਹੜੇ ਆਪਾਂ ਕਹਿ ਲਈਏ ਜਿਹੜੇ ਦਰਿਆ ਹੈ ਉਹਨਾਂ ਦੇ ਖੰਡਿਆਂ ਦੇ ਉੱਪਰ ਉਹਨਾਂ ਕਿਹਨਾਂ ਦੀ ਰਚਨਾ ਕੀਤੀ ਹੈ ਜੀ? ਵੇਦਾਂ ਦੀ। ਅਤੇ ਜਿਹਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਵੇਦ ਹੈ ਉਹ ਉਹਨਾਂ ਦੀ ਕਿਸ ਦੀ ਰਚਨਾ ਕੀਤੀ ਹੈ ਜੀ? ਉਹਨਾਂ ਨੇ ਰਿਗਵੇਦ ਦੀ। ਕਿਹਦੀ ਰਚਨਾ ਕੀਤੀ ਹੈ? ਰਿਗਵੇਦ ਦੀ। ਅਤੇ ਇਹਨਾਂ ਜਿਹੜੇ ਉਸ ਤੋਂ ਇਲਾਵਾ ਤਿੰਨ ਵੇਦ ਜਿਹੜਾ ਸਾਮ ਵੇਦ, ਯਜੁਰ ਵੇਦ ਔਰ ਇੱਕ ਵੇਦ ਜਿਹੜਾ ਹੋਰ ਹੈ ਉਸਦਾ ਨਾਮ ਮੈਨੂੰ ਯਾਦ ਥੋੜ੍ਹਾ ਜਿਹਾ ਮਿਸ ਹੋ ਗਿਆ। ਠੀਕ ਹੈ ਜੀ। ਉਹ ਜਿਹੜੇ ਚਾਰ ਵੇਦ ਹੈ, ਅਥਰਵ ਵੇਦ, ਅਥਰਵ ਵੇਦ ਹੈ, ਇਹਨਾਂ ਚਾਰਾਂ ਵੇਦਾਂ ਤੋਂ ਕੀ ਆ ਸਾਨੂੰ ਪੁਰਾਣੀ ਵੈਦਿਕ ਜਿਹੜੀ ਭਾਸ਼ਾ ਹੈ ਉਹਦੀ ਜਾਣਕਾਰੀ ਮਿਲਦੀ ਹੈ। ਠੀਕ ਹੈ ਜੀ। ਉਹਨਾਂ ਨੇ ਕੀ ਕੀਤਾ? ਵੈਦਿਕ ਭਾਸ਼ਾ ਨਾਲ ਲੈ ਕੇ ਆਏ। ਹੁਣ ਵੈਦਿਕ ਭਾਸ਼ਾ ਜਿਹੜੀ ਹੈ ਹੁਣ ਉਹਨਾਂ ਨੇ ਕੀ ਦੇਖਿਆ, ਹੌਲੀ ਹੌਲੀ ਜਿਹੜੀ ਆਰੀਅਨ ਲੋਕ ਸਨ ਉਹ ਕੀ ਕਰਦੇ ਗਏ? ਭਾਰਤ ਦੇ ਹੋਰ ਜਿਹੜੇ ਹਿੱਸੇ ਨੇ ਉਹਨਾਂ ਦੇ ਵਿੱਚ ਫੈਲਦੇ ਗਏ, ਜਿਹਦੇ ਨਾਲ ਜਿਹੜੇ ਹੋਰ ਹਿੱਸਿਆਂ ਦੇ ਵਿੱਚ ਫੈਲਦੇ ਗਏ ਅਤੇ ਜਿੱਥੋਂ ਕੀ ਹੋਇਆ ਜਿਹੜੇ ਬਾਕੀ ਜਗ੍ਹਾ 'ਤੇ ਜਿਹੜੇ ਲੋਕ ਰਹਿ ਰਹੇ ਸੀ ਉਹਨਾਂ ਦੀਆਂ ਭਾਸ਼ਾਵਾਂ ਦਾ ਵੈਦਿਕ ਭਾਸ਼ਾ ਦੇ ਵਿੱਚ ਕੀ ਆ ਮਿਕਸਅਪ ਹੋਣਾ ਸ਼ੁਰੂ ਹੋ ਗਿਆ। ਅਤੇ ਜਦੋਂ ਜਿਹੜੇ ਆਰੀਅਨ ਜਿਹੜੇ ਆਪਾਂ ਕਹਿ ਲਈ ਜਿਹੜੇ ਇਹਨਾਂ ਦੇ ਜਿਹੜੇ ਹੈ ਜਿਹੜੇ ਪੁਰਖੇ ਸਨ, ਠੀਕ ਹੈ ਜੀ, ਉਹਨਾਂ ਨੇ ਕੀ ਕੀਤਾ ਵੀ ਉਹਨਾਂ ਦੇਖਿਆ ਵੈਦਿਕ ਭਾਸ਼ਾ ਦੇ ਵਿੱਚ ਰਲਾ ਹੋ ਰਿਹਾ ਹੈ ਅਤੇ ਉਸ ਨੂੰ ਐਜ਼ ਇਟ ਇਜ਼ ਰੱਖਣ ਵਾਸਤੇ ਪਾਣਨੀ, ਜਿਹਨੂੰ ਅਸੀਂ ਜਾਣਦੇ ਹਾਂ ਪਾਣਨੀ ਨਾਂ ਦੇ ਰਿਸ਼ੀ ਨੇ ਕੀ ਕੀਤਾ ਹੈ? ਪਾਣਨੀ ਨੇ ਕਿਹਦੀ ਰਚਨਾ ਕੀਤੀ ਹੈ? ਸੋਰੀ, ਅਸ਼ਟਾਧਿਆਇ। ਕਿਹਦੀ ਰਚਨਾ ਕੀਤੀ ਹੈ ਜੀ? ਅਸ਼ਟਾਧਿਆਇ ਦੀ। ਅਸ਼ਟਾਧਿਆਇ ਕੀ ਹੈ? ਵੈਦਿਕ ਭਾਸ਼ਾ ਦਾ ਕੀ ਹੈ? ਵਿਆਕਰਨ ਹੈ। ਅਤੇ ਜਦੋਂ ਇਹ ਵਿਆਕਰਨ ਜਿਹੜਾ ਵੈਦਿਕ ਭਾਸ਼ਾ 'ਤੇ ਲਾਗੂ ਹੋ ਗਿਆ ਤਾਂ ਕੀ ਹੋ ਗਿਆ? ਉਹ ਭਾਸ਼ਾ ਜਿਹੜੀ ਸਥਿਰ ਹੋ ਗਈ। ਸਥਿਰ ਹੋਣ ਕਰਕੇ ਕੀ ਹੈ ਉਸ ਭਾਸ਼ਾ ਨੂੰ ਕੀ ਨਾਮ ਦਿੱਤਾ ਗਿਆ? ਸੰਸਕ੍ਰਿਤ ਭਾਸ਼ਾ।
ਕੀ ਨਾਮ ਦਿੱਤਾ ਗਿਆ? ਸੰਸਕ੍ਰਿਤ ਭਾਸ਼ਾ। ਜਦੋਂ ਵੈਦਿਕ ਭਾਸ਼ਾ ਦੇ ਉੱਪਰ ਕੀ ਹੋਇਆ, ਅਸ਼ਟਾਧਿਆਈ ਜਿਹੜਾ ਨਾਂ ਦਾ ਜਿਹੜਾ ਆਪਾਂ ਵਿਆਕਰਣ ਕਹਿ ਲਈ ਪਾਣਿਨੀ ਰਿਸ਼ੀ ਦੁਆਰਾ ਲਿਖਿਆ ਗਿਆ, ਉਹ ਲਾਗੂ ਕੀਤਾ ਗਿਆ ਤਾਂ ਕੀ ਹੋ ਗਿਆ, ਇਹ ਕੀ ਹੋ ਗਿਆ, ਉਹਦਾ ਨਾਮ ਕੀ ਪੈ ਗਿਆ? ਸੰਸਕ੍ਰਿਤ ਭਾਸ਼ਾ। ਠੀਕ ਹੈ ਜੀ। ਹੁਣ ਕੀ ਹੋਇਆ, ਜਦੋਂ ਸੰਸਕ੍ਰਿਤ ਭਾਸ਼ਾ ਦੇ ਉੱਪਰ ਵਿਆਕਰਣ ਲਾਗੂ ਹੋ ਗਿਆ ਤਾਂ ਕੀ ਹੋ ਗਿਆ, ਇਹ ਆਮ ਲੋਕਾਂ ਤੋਂ ਦੂਰ ਹੋ ਗਈ, ਇਹ ਸਿਰਫ ਤੇ ਸਿਰਫ ਕੀ ਹੈ, ਇੱਕ ਸਾਹਿਤ ਸਿਰਜਣ ਦੀ ਭਾਸ਼ਾ ਰਹਿ ਗਈ। ਜਿਹੜੀ ਆਮ ਲੋਕਾਂ ਦੇ ਵਿੱਚ ਭਾਸ਼ਾ ਜਿਹੜੀ ਉਹ ਕੀ ਸੀ, ਵੈਦਿਕ ਭਾਸ਼ਾ ਚਾਲੂ ਸੀ। ਵੈਦਿਕ ਭਾਸ਼ਾ ਜਿਹੜੀ ਹੈ ਉਹ ਕੀ ਹੈ, ਵਿਕਾਸ ਕਰਦੀ 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 ਕਿ ਅੱਜ ਤੱਕ ਸਾਡੇ ਕੋਲ ਕੀ ਪਹੁੰਚ ਗਈ, ਪੈਦਾ ਕੀ ਹੋਇਆ, ਪੰਜਾਬੀ ਭਾਸ਼ਾ ਪੈਦਾ ਹੋਈ। ਪੰਜਾਬੀ ਭਾਸ਼ਾ ਦੀ ਜਨਨੀ ਕਿਹੜੀ ਹੈ ਜੀ? ਸੰਸਕ੍ਰਿਤ ਭਾਸ਼ਾ। ਪੰਜਾਬੀ ਭਾਸ਼ਾ ਕਿਹਦੇ ਚੋਂ ਪੈਦਾ ਹੋਈ ਹੈ? ਵੈਦਿਕ ਭਾਸ਼ਾ ਦੇ ਵਿੱਚੋਂ। ਤੇ ਉਹਦੇ ਪੜਾਅ ਕਿਹੜੇ ਕਿਹੜੇ ਅਸੀਂ ਦੇਖਦੇ ਹਾਂ, 1500 ਈਸਵੀ ਪੂਰਵ ਤੋਂ 1000 ਈਸਵੀ ਪੂਰਵ ਤੱਕ ਵੈਦਿਕ ਸੰਸਕ੍ਰਿਤ ਰਹਿੰਦੀ ਹੈ। ਠੀਕ ਹੈ ਜੀ। ਕਹਿਣ ਦਾ ਭਾਵ ਕੀ ਹੈ, ਜਦੋਂ ਉਹ ਲੋਕ 1500 ਈਸਵੀ ਪੂਰਵ ਦੇ ਕਰੀਬ ਭਾਰਤ ਦੇ ਵਿੱਚ ਆਏ, 1000 ਈਸਵੀ ਪੂਰਵ ਤੱਕ ਕੀ ਹੈ, ਵੈਦਿਕ ਭਾਸ਼ਾ ਐਜ਼ ਇਟ ਇਜ਼ ਜਿਹੜੀ ਹੈ ਲੋਕਾਂ ਦੇ ਵਿੱਚ ਚੱਲਦੀ ਗਈ। ਪਰ ਜਦੋਂ ਉਹਨਾਂ ਨੇ ਵੇਖਿਆ ਵੀ ਜਿਹੜੀ ਹੈ ਕਿ ਵੈਦਿਕ ਭਾਸ਼ਾ ਉਹਦੇ ਵਿੱਚ ਰਲਾ ਹੋ ਰਿਹਾ, ਉਹਨੂੰ ਐਜ਼ ਇਟ ਇਜ਼ ਜਿਹੜਾ ਉਵੇਂ ਤੋਂ ਉਵੇਂ ਰੱਖਣ ਵਾਸਤੇ ਉਹਨਾਂ ਨੇ ਕੀ ਕੀਤਾ, ਉਹਦੇ ਉੱਪਰ ਵਿਆਕਰਣ ਲਾਗੂ ਕਰ ਦਿੱਤਾ। ਤੇ ਵਿਆਕਰਣ ਲਿਖਿਆ ਪਾਣਿਨੀ ਰਿਸ਼ੀ ਨੇ, ਅਸ਼ਟਾਧਿਆਈ ਨਾਂ ਦਾ ਵਿਆਕਰਣ ਲਿਖਿਆ, ਤੇ ਉਸ ਭਾਸ਼ਾ ਨੂੰ ਕੀ ਕਿਹਾ ਗਿਆ, ਸੰਸਕ੍ਰਿਤ ਭਾਸ਼ਾ। 1000 ਈਸਵੀ ਪੂਰਵ ਤੋਂ 500 ਈਸਵੀ ਪੂਰਵ ਤੱਕ ਕਲਾਸੀਕਲ ਸੰਸਕ੍ਰਿਤ ਕਹਿਣ ਦਾ ਭਾਵ ਹੈ, ਜਿਹਦੇ ਉੱਪਰ ਕੀ ਹੈ, ਵਿਆਕਰਨ ਲਾਗੂ ਹੋ ਗਿਆ, ਉਹ ਕੀ ਹੈ ਫਿਰ ਚਾਲੂ ਰਹੀ। ਉਸ ਤੋਂ ਬਾਅਦ ਕੀ ਹੋਇਆ, 500 ਈਸਵੀ ਪੂਰਵ ਤੋਂ 1000 ਈਸਵੀ ਪੂਰਵ ਤੱਕ ਪ੍ਰਕਿਰਤ ਤੇ ਅਪਭ੍ਰੰਸ਼ ਕਾਲ ਆਇਆ। ਹੁਣ ਕਹਿਣ ਦਾ ਭਾਵ ਕੀ ਹੈ, ਹੁਣ ਅਸੀਂ ਜਾਣਦੇ ਹਾਂ ਵੀ ਕਲਾਸੀਕਲ ਭਾਸ਼ਾ ਆ ਗਈ ਜਿਹੜੀ ਲੋਕਾਂ ਤੋਂ ਕੀ ਹੈ, ਦੂਰ ਹੋ ਗਈ। ਉਸ ਤੋਂ ਬਾਅਦ ਜਿਹੜੀ ਵੈਦਿਕ ਸੰਸਕ੍ਰਿਤ ਹੈ ਉਹ ਵਿਕਾਸ ਕਰਦੀ ਗਈ। ਵਿਕਾਸ ਕਰਦੀ ਕਰਦੀ ਕੀ ਹੋਇਆ ਵੀ ਜਦੋਂ ਇਹਦੇ ਉੱਪਰ ਵੀ ਕੀ ਹੈ, ਹੋਰ ਜਿਹੜਾ ਕੀ ਹੈ, ਵਿਆਕਰਨ ਲਾਗੂ ਹੋ ਗਿਆ, ਤਾਂ ਜਿਹੜੀ ਲੋਕਾਂ ਦੀ ਭਾਸ਼ਾ ਸੀ ਕੁਦਰਤੀ ਤੌਰ 'ਤੇ, ਜਿਹੜੀ ਭਾਸ਼ਾ ਕਹਿਣ ਦਾ ਭਾਵ ਕੀ ਪ੍ਰਕਿਰਤ ਭਾਸ਼ਾ, ਉਹ ਕੀ ਹੈ, ਵਿਕਸਿਤ ਹੋਈਆਂ। ਠੀਕ ਹੈ ਜੀ। ਕੀ ਹੋਇਆ, ਪੰਜ ਪ੍ਰਕਿਰਤ ਜਿਹੜੀਆਂ ਫਿਰ ਵਿਕਸਿਤ ਹੋਈਆਂ। ਪੰਜ ਪ੍ਰਕਿਰਤ ਕਿਹੜੇ ਕਿਹੜੀਆਂ, ਪਿਸ਼ਾਚੀ, ਸ਼ੌਰਸੈਨੀ, ਮਾਗਧੀ, ਅਰਧ ਮਾਗਧੀ ਤੇ ਮਹਾਰਾਸ਼ਟਰੀ। ਇੱਥੇ ਆਉਣਾ ਸੀਗਾ ਮਹਾਰਾਸ਼ਟਰੀ। ਠੀਕ ਹੈ ਜੀ। ਇਹ ਪੰਜ ਜਿਹੜੀਆਂ ਕੀ ਹੈ, ਪ੍ਰਕਿਰਤ ਭਾਸ਼ਾਵਾਂ ਕਹਿਣ ਦਾ ਭਾਵ ਕਿ ਕੁਦਰਤੀ ਭਾਸ਼ਾਵਾਂ ਪੈਦਾ ਹੋਈਆਂ। ਉਹਨਾਂ ਦਾ ਜਿਹੜਾ ਫਿਰ ਕੀ ਆ, 500 ਈਸਵੀ ਪੂਰਵ ਤੋਂ 1000 ਈਸਵੀ ਪੂਰਵ ਤੱਕ ਇਹ ਭਾਸ਼ਾਵਾਂ ਲੋਕਾਂ ਦੇ ਵਿੱਚ ਚਾਲੂ ਰਹੀਆਂ। ਪਰ ਜਦੋਂ ਇਹਨਾਂ ਭਾਸ਼ਾਵਾਂ ਦੇ ਉੱਤੇ ਵੀ ਕੀ ਆ, ਵਿਆਕਰਣ ਲਿਖੇ ਗਏ, ਇਹਨਾਂ ਇਹ ਭਾਸ਼ਾਵਾਂ ਵੀ ਕੀ ਵਿਆਕਰਣ ਬੱਧ ਹੋ ਗਈਆਂ, ਤਾਂ ਕੀ ਹੋਇਆ ਫਿਰ ਲੋਕਾਂ ਦੇ ਵਿੱਚ ਜਿਹੜੀਆਂ ਹੋਰ ਭਾਸ਼ਾਵਾਂ ਜਿਹੜੀਆਂ ਉਹ ਫਿਰ ਪੈਦਾ ਹੋਈਆਂ। ਉਹਨਾਂ ਭਾਸ਼ਾਵਾਂ ਨੂੰ ਕੀ ਕਿਹਾ ਗਿਆ, ਅਪਭ੍ਰੰਸ਼। ਇੱਥੇ ਆਉਣਾ ਸੀਗਾ ਅਪਭ੍ਰੰਸ਼ ਭਾਸ਼ਾ। ਠੀਕ ਹੈ ਜੀ। ਹੁਣ ਕੀ ਦੇਖਿਆ ਅਸੀਂ ਵੀ 500 ਈਸਵੀ ਪੂਰਵ ਤੋਂ 1000 ਈਸਵੀ ਪੂਰਵ ਪ੍ਰਕਿਰਤ ਭਾਸ਼ਾਵਾਂ ਜਿਹੜੀਆਂ ਚਾਲੂ ਹੋਈਆਂ। ਉਸ ਤੋਂ ਬਾਅਦ ਕੀ ਆ, 500 ਈਸਵੀ ਪੂਰਵ ਤੋਂ 1 ਈਸਵੀ ਪੂਰਵ ਤੱਕ ਜਿਹੜੀਆਂ ਪਹਿਲੀਆਂ ਦੋ ਪ੍ਰਕਿਰਤ ਸਨ, ਪਾਲੀ ਪ੍ਰਕਿਰਤ ਅਤੇ ਅਸ਼ੋਕ ਦੇ ਅਭਿਲੇਖ। ਹੁਣ ਅਸੀਂ ਜਾਣਦੇ ਹਾਂ ਕਿ ਅਸ਼ੋਕ ਨੇ ਜਿਹੜੀ ਅਭਿਲੇਖਾਂ ਦੀ ਰਚਨਾ ਕਰਵਾਈ ਸੀ। ਠੀਕ ਹੈ। ਇੱਕ ਪ੍ਰਕਿਰਤ ਉਹ ਸਾਡੇ ਕੋਲ ਮਿਲਦੀ ਹੈ ਤਾਂ ਦੂਸਰੀ ਮਿਲਦੀ ਆ ਪਾਲੀ ਪ੍ਰਕਿਰਤ, ਜਿਹਦੇ ਵਿੱਚ ਕੀ ਹੈ, ਜਿਹੜੇ ਬੁੱਧ ਧਰਮ ਦੇ ਜਿਹੜੇ ਆਪਾਂ ਕਹਿ ਸਕਦੇ ਗ੍ਰੰਥ ਹੈ ਉਹਨਾਂ ਦੀ ਰਚਨਾ ਕੀਤੀ ਗਈ ਹੈ। ਠੀਕ ਹੈ। ਜਦੋਂ ਇਹ ਭਾਸ਼ਾਵਾਂ ਜਿਹੜੀਆਂ ਕਿ ਲੋਕਾਂ ਤੋਂ ਦੂਰ ਹੋ ਗਈਆਂ, ਵਿਆਕਰਣ ਬੱਧ ਹੋ ਗਈਆਂ, ਤੇ 1 ਈਸਵੀ ਪੂਰਵ ਤੋਂ 500 ਈਸਵੀ ਪੂਰਵ ਤੱਕ ਜਿਹੜੀ ਪੰਜ ਪ੍ਰਕਿਰਤ ਭਾਸ਼ਾਵਾਂ ਇਹ ਵਾਲੀਆਂ, ਪਿਸ਼ਾਚੀ, ਸ਼ੌਰਸੈਨੀ, ਮਾਗਧੀ, ਅਰਧ ਮਾਗਧੀ ਅਤੇ ਮਹਾਰਾਸ਼ਟਰੀ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਕੀ ਹੈ, ਪ੍ਰਚਲਿਤ ਹੋ ਗਈਆਂ। ਪਰ ਜਦੋਂ ਇਹਨਾਂ ਭਾਸ਼ਾਵਾਂ ਦੇ ਉੱਪਰ ਵੀ ਕੀ ਹੈ, ਵਿਆਕਰਣ ਲਾਗੂ ਹੋ ਗਿਆ, ਤੇ ਇਹ ਵੀ ਕੀ ਹੈ, ਭਾਸ਼ਾਵਾਂ ਹੌਲੀ ਹੌਲੀ ਲੋਕਾਂ ਤੋਂ ਦੂਰ ਹੋ ਗਈਆਂ। ਠੀਕ ਹੈ। ਉਸ ਤੋਂ ਬਾਅਦ 500 ਈਸਵੀ ਪੂਰਵ ਤੋਂ 1000 ਈਸਵੀ ਪੂਰਵ ਤੱਕ ਫਿਰ ਜਿਹੜੀਆਂ ਇਹ ਪੰਜੇ ਭਾਸ਼ਾਵਾਂ ਦੇ ਅਗਾ ਕੀ ਹੈ, ਅਪਭ੍ਰੰਸ਼ ਰੂਪ ਪੈਦਾ ਹੋਏ। ਪੰਜ ਪ੍ਰਕਿਰਤ ਅਸੀਂ ਦੇਖੀਆਂ, ਪਿਸ਼ਾਚੀ, ਸ਼ੌਰਸੈਨੀ, ਮਾਗਧੀ, ਅਰਧ ਮਾਗਧੀ ਤੇ ਮਹਾਰਾਸ਼ਟਰੀ ਦੇ ਵਿੱਚੋਂ ਹੀ ਪੰਜ ਜਿਹੜੀਆਂ ਅਪਭ੍ਰੰਸ਼ ਭਾਸ਼ਾਵਾਂ ਪੈਦਾ ਹੋਈਆਂ।
ਠੀਕ ਹੈ ਜੀ। ਉਹਨਾਂ ਦਾ ਜਿਹੜਾ ਸਮਾਂ ਕਿੱਥੋਂ ਤੱਕ ਰਿਹਾ, 500 ਈਸਵੀ ਪੂਰਵ ਤੋਂ 1000 ਈਸਵੀ ਤੱਕ, ਸੋਰੀ 500 ਈਸਵੀ ਤੋਂ 1000 ਈਸਵੀ ਤੱਕ। ਹੁਣ ਅਸੀਂ ਦੇਖਦੇ ਹਾਂ ਵੀ ਜਿਹੜੇ ਸਾਡੇ ਬਾਬਾ ਫਰੀਦ ਜੀ ਹੈ 1173 ਤੋਂ 1263 ਈਸਵੀ ਉਹਨਾਂ ਦਾ ਮੰਨ ਕੇ ਚਲੋ ਆਪਾਂ ਕਹਿ ਲਈ ਜਿਹੜਾ ਜੀਵਨ ਕਾਲ ਹੈ, ਅਤੇ ਅਸੀਂ ਕੀ ਦੇਖਿਆ 10ਵੀਂ ਤੱਕ, ਉਸ ਤੋਂ ਬਾਅਦ ਕਿ 11ਵੀਂ 12ਵੀਂ ਤੱਕ ਜਿਹੜੀ ਕਿ ਆਧੁਨਿਕ ਜਿਹੜੀ ਭਾਸ਼ਾਵਾਂ ਵਿਕਸਿਤ ਹੋਈਆਂ। ਅਸੀਂ ਜਾਣਦੇ ਬਾਬਾ ਫਰੀਦ ਜੀ ਜਿਹੜੇ ਕੀ ਹੈ ਪਹਿਲੀ ਪੰਜਾਬੀ ਦੇ ਵਿੱਚ ਜਿਹੜੇ ਹੈ ਲਿਖਣ ਵਾਲੇ ਪਹਿਲੇ ਕਵੀ ਹੈ, ਜਾਂ ਪਹਿਲੇ ਆਪਾਂ ਸਾਹਿਤਕਾਰ ਕਹਿ ਲਈਏ, ਜਾਂ ਪਹਿਲੇ ਵਿਅਕਤੀ ਜਿਨ੍ਹਾਂ ਨੇ ਪੰਜਾਬੀ ਸ਼ੁੱਧ ਪੰਜਾਬੀ ਦੇ ਵਿੱਚ ਲਿਖਿਆ, ਅਤੇ ਉਹ ਕੌਣ ਸੀ? ਬਾਬਾ ਫਰੀਦ ਜੀ। ਉਸ ਤੋਂ ਪਹਿਲਾਂ ਨਾਥ ਜੋਗੀ ਹੈ, ਉਹਨਾਂ ਦੀ ਰਚਨਾਵਾਂ ਸਾਨੂੰ ਮਿਲਦੀਆਂ ਹੈ, ਅਤੇ ਉਹਨਾਂ ਦਾ ਕਾਲ ਕਿਹੜਾ ਸੀ? ਇਹ ਵਾਲਾ 1000 ਈਸਵੀ ਤੱਕ। ਕਹਿਣ ਦਾ ਭਾਵ ਕਿ ਉਹ ਜਿਹੜਾ ਚਰਪਟਨਾਥ ਸੀ ਜਾਂ ਗੋਰਖਨਾਥ ਸੀ, ਉਹਨਾਂ ਦਾ ਜਨਮ 943 ਜਾਂ ਇਸ ਦੇ ਕਰੀਬ ਸੀ, ਤਾਂ ਕਹਿ ਉਹ ਕਿਹੜੀ ਕਹਿੰਦੇ ਜਾਣਗੇ ਜੀ 1000 ਈਸਵੀ ਦੇ ਕਰੀਬ ਆਉਣਗੇ। ਅਤੇ ਉਸ ਟਾਈਮ ਕਿਹੜੀ ਭਾਸ਼ਾਵਾਂ ਸਾਡੇ ਕੋਲ ਮੌਜੂਦ ਸਨ? ਅਪਭ੍ਰੰਸ਼ ਭਾਸ਼ਾਵਾਂ। ਕਿਹੜੀਆਂ ਭਾਸ਼ਾਵਾਂ? ਅਪਭ੍ਰੰਸ਼ ਭਾਸ਼ਾਵਾਂ। ਉਸ ਤੋਂ ਬਾਅਦ ਫਿਰ ਕੀ ਆ, ਨਵੀਆਂ ਭਾਸ਼ਾਵਾਂ ਜਿਹੜੇ ਨਿਕਲਣੀਆਂ ਸ਼ੁਰੂ ਹੋਈਆਂ 1000 ਈਸਵੀ ਤੋਂ ਬਾਅਦ। ਮੰਨ ਕੇ ਕਹਿਣ ਦੇ ਭਾਵ ਉਹਨਾਂ ਤੋਂ ਬਾਅਦ ਗੋਰਖਨਾਥ ਜਾਂ ਜਿਹੜੇ ਨਾਥ ਸਨ, ਉਹਨਾਂ ਤੋਂ ਬਾਅਦ ਜਿਹੜੇ ਨਵੀਆਂ ਭਾਸ਼ਾਵਾਂ ਪੈਦਾ ਹੋਈਆਂ, ਅਤੇ ਉਹ ਪੈਦਾ ਵਿਕਾਸ ਕਰਦੀਆਂ ਕਰਦੀਆਂ, ਜਿਹਦੇ 'ਚ ਕੀ ਸਭ ਤੋਂ ਪਹਿਲਾਂ ਫਿਰ ਬਾਬਾ ਫਰੀਦ ਜੀ ਨੇ ਲਗਭਗ ਇਹ ਕਿਹੜੀ ਹੈ ਸਾਡੇ ਕੋਲ 10ਵੀਂ, ਮਨ 1000 ਈਸਵੀ ਹੈ, ਕਹਿਣ ਦਾ ਭਾਵ 10ਵੀਂ ਈਸਵੀ ਹੈ, ਅਤੇ 11ਵੀਂ ਈਸਵੀ ਦੇ ਵਿੱਚ ਬਾਬਾ ਫਰੀਦ ਜੀ ਨੇ ਕੀ ਕੀਤਾ? ਪੰਜਾਬੀ ਦੇ ਵਿੱਚ ਰਚਨਾ ਕੀਤੀ। ਅਤੇ 1000 ਈਸਵੀ ਤੋਂ ਹੁਣ ਤੱਕ ਜਿਹੜਾ ਸਾਡੇ ਕੋਲ ਅੱਜ ਦਾ ਮੌਜੂਦਾ ਸਮਾਂ ਹੈ, ਜਿਹੜੀ ਕੀ ਹੈ ਨਵੀਆਂ ਭਾਸ਼ਾਵਾਂ ਸਾਡੇ ਕੋਲ ਆਈਆਂ, ਅਤੇ ਪੰਜਾਬੀ ਜਿਹੜੀ ਭਾਸ਼ਾ ਹੈ ਉਹਦਾ ਜਿਹੜਾ ਵਿਕਾਸ ਹੋਇਆ, ਉਹ ਮੂਲ ਵਿਕਾਸ ਕਹਿੰਦੇ ਤੋਂ ਹੋਇਆ ਹੈ? ਸੰਸਕ੍ਰਿਤ ਭਾਸ਼ਾ ਤੋਂ। ਕਿੱਥੋਂ ਹੋਇਆ? ਅਸੀਂ ਇੱਕ ਚਾਰਟ ਬਣਾ ਲੈਂਦੇ ਹਾਂ। ਪੰਜਾਬੀ ਜਿਹੜੀ ਭਾਸ਼ਾ ਹੈ, ਠੀਕ ਹੈ ਜੀ, ਉਹਦਾ ਜਿਹੜਾ ਵਿਕਾਸ ਹੈ ਕਿਹੜੀ ਭਾਸ਼ਾ 'ਚ ਹੋਇਆ? ਸੰਸਕ੍ਰਿਤ ਭਾਸ਼ਾ 'ਚ। ਸੰਸਕ੍ਰਿਤ ਭਾਸ਼ਾ ਤੋਂ, ਠੀਕ ਹੈ। ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਵੀ ਜਿਹੜੀ ਸੰਸਕ੍ਰਿਤ ਹੈ ਪੂਰੇ ਭਾਰਤ ਦੀਆਂ ਭਾਸ਼ਾਵਾਂ ਦੀ ਜਨਨੀ ਭਾਸ਼ਾ, ਠੀਕ ਹੈ ਜੀ। ਉਹ ਕਿੱਦਾਂ? ਜਿੱਦਾਂ ਹੁਣ ਹਿੰਦੀ ਹੈ, ਚਾਹੇ ਬੰਗਾਲੀ ਹੈ, ਉੜੀਆ ਹੈ, ਰਾਜਸਥਾਨੀ ਹੈ, ਬਿਹਾਰੀ ਹੈ, ਠੀਕ ਹੈ ਜੀ, ਇਹ ਸਾਰੀਆਂ ਭਾਸ਼ਾਵਾਂ ਜਿਹੜੀ ਹੈ ਉਹ ਸੰਸਕ੍ਰਿਤ ਦੇ ਵਿੱਚੋਂ ਹੀ ਪੈਦਾ ਹੋਈਆਂ। ਅਸੀਂ ਜਾਣਦੇ ਹਾਂ ਕਿ ਅਸੀਂ ਜਿਹੜੀ ਹਿੰਦੀ ਹੈ ਪੰਜਾਬੀ ਦੇ ਨਾਲ ਕਾਫੀ ਮੇਲ ਖਾਂਦੀ ਹੈ, ਠੀਕ ਹੈ ਜੀ। ਉਸ ਦਾ ਕਾਰਨ ਇਹ ਹੀ ਹੈ ਕਿ ਇਹਨਾਂ ਦੋਵਾਂ ਭਾਸ਼ਾਵਾਂ ਦੀ ਜਨਨੀ ਕਿਹੜੀ ਹੈ? ਸੰਸਕ੍ਰਿਤ ਹੈ। ਇਸ ਤੋਂ ਇਲਾਵਾ ਚਾਹੇ ਬੰਗਾਲੀ ਹੈ, ਮਰਾਠੀ ਹੈ, ਠੀਕ ਹੈ ਜੀ, ਉਸ ਤੋਂ ਇਲਾਵਾ ਜਿਹੜੀ ਹਿੰਦੀ ਹੈ, ਬਿਹਾਰੀ ਹੈ, ਬਿਹਾਰੀ ਤੋਂ ਇਲਾਵਾ ਜਿਹੜੀਆਂ ਨੇਪਾਲੀ ਹੈ ਜਾਂ ਜਿਹੜੀਆਂ ਅਰੁਣਾਚਲੀ ਹੈ, ਇਹ ਸਾਰੀਆਂ ਭਾਸ਼ਾਵਾਂ ਜਿਹੜੀਆਂ ਕਹਿੰਦੇ 'ਚ ਪੈਦਾ ਹੋਈਆਂ ਸੰਸਕ੍ਰਿਤ ਦੇ ਵਿੱਚੋਂ। ਸੰਸਕ੍ਰਿਤ ਤੋਂ ਕਿਹੜੀ ਫਿਰ ਭਾਸ਼ਾ? ਉਸ ਤੋਂ ਬਾਅਦ ਸੰਸਕ੍ਰਿਤ ਤੋਂ ਬਾਅਦ ਸਾਡੇ ਕੋਲ ਕੀ ਚੀਜ਼ ਆਉਂਦੀ ਹੈ ਪੈਦਾ ਹੋਇਆ? ਪ੍ਰਕਿਰਤ ਭਾਸ਼ਾਵਾਂ। ਪ੍ਰਕਿਰਤ ਭਾਸ਼ਾ, ਪ੍ਰਕਿਰਤ ਭਾਸ਼ਾਵਾਂ ਵੀ ਜਦ ਕੀ ਹੋਇਆ ਵੀ ਇਹਨਾਂ 'ਤੇ ਵਿਆਕਰਣ ਲਾਗੂ ਹੋ ਗਿਆ, ਅਤੇ ਇਹ ਵੀ ਕੀ ਲੋਕਾਂ ਤੋਂ ਦੂਰ ਹੋਈਆਂ, ਠੀਕ ਹੈ, ਕਿਹੜੀਆਂ ਪੰਜ ਪ੍ਰਕਿਰਤ ਸਾਡੇ ਕੋਲ ਪੈਦਾ ਹੋਈਆਂ, ਇਹ ਪੰਜੇ ਪ੍ਰਕਿਰਤ ਕੀ ਹੋਈਆਂ? ਉਸ ਤੋਂ ਬਾਅਦ ਕੀ ਬਣ ਗਈਆਂ? ਅਪਭ੍ਰੰਸ਼ ਭਾਸ਼ਾਵਾਂ। ਅਪਭ੍ਰੰਸ਼ ਭਾਸ਼ਾ, ਠੀਕ ਹੈ। ਅਤੇ ਅਪਭ੍ਰੰਸ਼ ਭਾਸ਼ਾ ਕਹਿੰਦੇ ਤੋਂ ਪੰਜਾਬੀ ਪਛਾਚੀ, ਪਛਾਚੀ ਜਿਹੜੀ ਭਾਸ਼ਾ ਹੈ ਇਹਦੇ ਤੋਂ ਫਿਰ ਕਿੰਦਾ ਵਿਕਾਸ ਹੋਇਆ ਹੈ? ਪੰਜਾਬੀ ਦਾ, ਠੀਕ ਹੈ ਜੀ। ਹੁਣ ਕੀ ਹੋਇਆ ਹੈ ਵੀ ਜਿਹੜੀ ਪਛਾਚੀ ਹੈ ਇਹਦੇ ਤੋਂ ਕਿੰਦਾ ਵਿਕਾਸ ਹੋਇਆ ਹੈ? ਪੰਜਾਬੀ ਦਾ, ਠੀਕ ਹੈ ਜੀ। ਅਸੀਂ ਇਹ ਜਾਣਿਆ ਹੁਣ ਪੰਜਾਬੀ ਦਾ ਵਿਕਾਸ ਪਛਾਚੀ ਅਪਭ੍ਰੰਸ਼ ਤੋਂ ਹੋਇਆ ਹੈ। ਪਹਿਲਾਂ ਸਭ ਤੋਂ ਪਹਿਲਾਂ ਕੀ ਆਰੀਅਨ ਲੋਕ ਆਏ, ਉਹਨਾਂ ਨੇ ਕੀ ਕੀਤਾ? ਆਪਦੇ ਨਾਲ ਇੱਕ ਸੰਸਕ੍ਰਿਤ, ਵੈਦਿਕ ਸੰਸਕ੍ਰਿਤ ਲਿਆਂਦੀ, ਜਿਹਦੇ ਵਿੱਚ ਉਹਨਾਂ ਨੇ ਵੇਦਾਂ ਦੀ ਰਚਨਾ ਕੀਤੀ। ਪਰ ਜਦੋਂ ਉਹਦੇ ਵਿੱਚ ਰਲਾ ਪੈਦਾ ਹੋਇਆ
ਤੇ ਉਹਨਾਂ ਨੇ ਕੀ ਕੀਤਾ, ਉਹਦੇ ਉੱਪਰ ਵਿਆਕਰਨ ਲਾਗੂ ਕੀਤਾ ਤੇ ਵਿਆਕਰਨ ਕਰਕੇ ਉਹ ਕੀ ਬਣ ਗਈ, ਕਲਾਸੀਕਲ ਸੰਸਕ੍ਰਿਤ। ਕਲਾਸੀਕਲ ਸੰਸਕ੍ਰਿਤ ਕੀ ਆ, ਉਹ ਸਿਰਫ ਜਿਹੜੇ ਆ ਮਹਾਨ ਜਿਹੜੇ ਲੋਕ ਸੀ ਸਿਰਫ ਉਹਨਾਂ ਵਾਸਤੇ ਰਹਿ ਗਈ, ਆਮ ਲੋਕਾਂ ਵਾਸਤੇ ਉਹੀ ਵੈਦਿਕ ਸੰਸਕ੍ਰਿਤ ਚੱਲਦੀ ਰਹੀ। ਵੈਦਿਕ ਸੰਸਕ੍ਰਿਤ ਤੇ ਵੀ ਜਦੋਂ ਵਿਆਕਰਨ ਹੋਰ ਲਾਗੂ ਹੋਇਆ ਤੇ ਪ੍ਰਕਿਰਤ ਭਾਸ਼ਾਵਾਂ ਪੈਦਾ ਹੋਈਆਂ, ਪ੍ਰਕਿਰਤ ਤੇ ਵੀ ਜਦੋਂ ਵਿਆਕਰਨ ਲਾਗੂ ਹੋਇਆ ਆਮ ਲੋਕਾਂ ਦੇ ਵਿੱਚ ਕਿਹੜੀਆਂ ਭਾਸ਼ਾਵਾਂ ਜਿਹੜੀ ਚੱਲਦੀਆਂ ਰਹੀਆਂ ਉਹਨਾਂ ਨੂੰ ਕੀ ਕਿਹਾ ਗਿਆ, ਅਪਭ੍ਰੰਸ਼ ਭਾਸ਼ਾਵਾਂ। ਭਰਾਵ ਕੀ ਹੈ, ਅਪਭ੍ਰੰਸ਼ ਦਾ ਮਤਲਬ ਹੁੰਦਾ ਭ੍ਰਸ਼ਟ ਭਾਸ਼ਾ, ਭ੍ਰਸ਼ਟ ਭਾਸ਼ਾ ਜਾਂ ਵਿਗੜੀ ਹੋਈ ਭਾਸ਼ਾ। ਠੀਕ ਹੈ, ਇਹ ਕੀ ਹੈ, ਜਿਹੜੇ ਆਚਾਰਿਆ ਸੀ ਉਹਨਾਂ ਦੇ ਦੁਆਰਾ ਅਪਭ੍ਰੰਸ਼ ਉਹਨਾਂ ਭਾਸ਼ਾਵਾਂ ਵਾਸਤੇ ਸ਼ਬਦ ਵਰਤਿਆ ਗਿਆ। ਅਸਲ ਦੇ ਵਿੱਚ ਅਪਭ੍ਰੰਸ਼ ਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਭ੍ਰਸ਼ਟ ਭਾਸ਼ਾਵਾਂ ਸਨ, ਸਿਰਫ ਤੇ ਸਿਰਫ ਕੀ ਸੀ ਵੀ ਉਹ ਜਿਹੜੀ ਸੰਸਕ੍ਰਿਤ ਸੀ ਉਹਨੂੰ ਚੰਗੀ ਭਾਸ਼ਾ ਮੰਨ ਕੇ ਤੇ ਜਿਹੜੀ ਬਾਕੀ ਹੋਰ ਭਾਸ਼ਾਵਾਂ ਸੀ ਉਹਨਾਂ ਨੂੰ ਅਪਭ੍ਰੰਸ਼ ਕਿਹਾ ਗਿਆ। ਇਸੇ ਕਰਕੇ ਇੱਕ ਨਾਮ ਦਿੱਤਾ ਗਿਆ ਅਪਭ੍ਰੰਸ਼ ਭਾਸ਼ਾ ਜਾਂ ਉਹਨੂੰ ਭ੍ਰਸ਼ਟ ਭਾਸ਼ਾ ਕਿਹਾ ਗਿਆ, ਪਰ ਅਸਲ ਵਿੱਚ ਕੀ ਅਪਭ੍ਰੰਸ਼ ਭਾਸ਼ਾਵਾਂ ਤੋਂ ਹੀ ਜਿਹੜੀਆਂ ਕੀ ਫਿਰ ਨਵੀਆਂ ਭਾਸ਼ਾਵਾਂ ਪੈਦਾ ਹੋਣ। ਹੁਣ ਜਿਹੜੀ ਅਪਭ੍ਰੰਸ਼ ਭਾਸ਼ਾ ਦੇ ਪਛਾਚੀ ਅਪਭ੍ਰੰਸ਼ ਜਿਹੜੀ ਹੈ, ਪਛਾਚੀ ਅਪਭ੍ਰੰਸ਼ ਤੋਂ ਕੀ ਹੈ, ਪੰਜਾਬੀ ਪੈਦਾ ਹੋਈ। ਠੀਕ ਹੈ, ਇੱਕ ਅਸੀਂ ਮੰਨ ਕੇ ਚਲੋ ਐਡ ਕਰੀਏ, ਅਸੀਂ ਕੀ ਦੇਖਦੇ ਹਾਂ ਵੀ ਜਦੋਂ ਪਛਾਚੀ ਭਾਸ਼ਾ ਜਿਹੜੀ ਹੈ ਉਹ ਮੰਨ ਕੇ ਚਲੋ ਅਸੀਂ ਦੇਖਦੇ ਹਾਂ ਪਛਾਚੀ ਅਪਭ੍ਰੰਸ਼ ਕਿਹੜੀ ਹੈ ਜੀ ਸਾਡੇ ਕੋਲ ਹੈ, ਪਛਾਚੀ ਅਪਭ੍ਰੰਸ਼। ਠੀਕ ਹੈ, ਹੁਣ ਅਸੀਂ ਕੀ ਦੇਖਦੇ ਹਾਂ ਵੀ ਪਛਾਚੀ ਜਿਹੜੀ ਅਪਭ੍ਰੰਸ਼ ਹੈ, ਜਦੋਂ ਕੈਕਈ ਇੱਕ ਕੈਕਈ ਕਬੀਲਾ ਸੀ, ਜਦੋਂ ਜਿਹੜਾ ਸਾਡਾ ਮੰਨ ਕੇ ਜਿਹੜਾ ਪੱਛਮੀ ਪੰਜਾਬ ਹੈ ਪਾਕਿਸਤਾਨ ਵਾਲਾ ਪੰਜਾਬ ਹੈ ਉਹਦੇ ਉੱਪਰ ਕਿਹੜਾ ਕੈਕਈ ਜਿਹੜਾ ਕਬੀਲੇ ਦਾ ਕਬਜ਼ਾ ਹੁੰਦਾ ਹੈ। ਠੀਕ ਹੈ ਜੀ, ਕੈਕਈ ਕਬੀਲੇ ਦਾ ਕਬਜ਼ਾ ਹੁੰਦਾ ਹੈ ਤੇ ਇਹਦਾ ਨਾਮ ਕੀ ਪੈ ਜਾਂਦਾ ਫਿਰ, ਕੈਕਈ ਭਾਸ਼ਾ ਕਹਿ ਲਈਏ ਤੇ ਭਾਸ਼ਾ ਤੋਂ ਫਿਰ ਕੀ ਬਣਿਆ ਸਾਡੇ ਕੋਲ, ਭਾਸ਼ਾ ਨੂੰ ਕੀ ਕਿਹਾ ਗਿਆ, ਅਪਭ੍ਰੰਸ਼। ਪਰ ਕੀ ਹੋਇਆ ਵੀ ਜਦੋਂ ਜਿਹੜਾ ਸਾਡਾ ਅੱਜ ਦਾ ਪੂਰਬੀ ਪੰਜਾਬ ਹੈ, ਠੀਕ ਹੈ, ਉਹਦੇ ਉੱਪਰ ਕੀ ਹੋਇਆ, ਇੱਕ ਟੱਕੀ ਨਾਮ ਦਾ ਜਿਹੜਾ ਕੀ ਆ ਕਬੀਲਾ ਹੈ ਉਹਦਾ ਅਧਿਕਾਰ ਹੋਇਆ। ਹੁਣ ਇਹ ਕਿਹੜਾ ਸਾਡੇ ਕੋਲ ਹੈਗਾ ਸੀ, ਇਹ ਵਾਲਾ ਪੱਛਮੀ ਪੰਜਾਬ। ਠੀਕ ਹੈ ਜੀ, ਇਹ ਸਾਡੇ ਕੋਲ ਪੱਛਮੀ ਪੰਜਾਬ ਤੇ ਉਸ ਤੋਂ ਇਲਾਵਾ ਕੀ ਹੈ, ਜਿਹੜਾ ਟੱਕੀ ਨਾਮ ਦਾ ਕਬੀਲਾ ਕਿਹੜਾ, ਟੱਕੀ ਨਾਮ ਦਾ ਕਬੀਲਾ, ਟੱਕੀ ਨਾਮ ਦੇ ਕਬੀਲੇ ਤੋਂ ਕੀ ਹੈ, ਜਿਹੜੀ ਇੱਥੋਂ ਦੀ ਭਾਸ਼ਾ ਸੀ ਉਹਦਾ ਕੀ ਨਾਮ ਪੈ ਗਿਆ, ਟੱਕੀ ਹੈ ਉਹ ਕੈਕਈ ਸੀ, ਪਰ ਕੈਕਈ ਦੇ ਜਦੋਂ ਕੁਛ ਖੇਤਰ ਦੇ ਉੱਪਰ ਕੀ ਹੈ ਟੱਕੀ ਨਾਮ ਦੇ ਕਬੀਲੇ ਦਾ ਜਿਹੜਾ ਕੀ ਹੈ ਕਬਜ਼ਾ ਹੋਇਆ ਤੇ ਉਸ ਭਾਸ਼ਾ ਦਾ ਨਾਮ ਕੀ ਪੈ ਗਿਆ, ਟੱਕੀ। ਤੇ ਇਹ ਕਿਹੜਾ ਇਲਾਕਾ ਸੀ ਜਿਹੜਾ ਸਾਡੇ ਕੋਲ ਮੌਜੂਦਾ ਪੰਜਾਬ ਹੈ, ਕਿਹੜਾ ਪੂਰਬੀ ਪੰਜਾਬ। ਠੀਕ ਹੈ, ਹੁਣ ਕਹਿਣ ਦਾ ਭਾਵ ਕੀ ਹੈ, ਪਛਾਚੀ ਜਿਹੜੀ ਅਪਭ੍ਰੰਸ਼ ਹੈ ਉਹਦੇ ਤੋਂ ਕੀ ਉਹਦਾ ਨਾਮ ਕੀ ਪਿਆ, ਕੈਕਈ ਅਪਭ੍ਰੰਸ਼। ਤੇ ਠੀਕ ਹੈ, ਉਸ ਤੋਂ ਜਿਹੜਾ ਕੈਕਈ ਦਾ ਕੁਝ ਏਰੀਆ ਜਿਹੜਾ ਕਿ ਪੂਰਬੀ ਪੰਜਾਬ ਸਾਡੇ ਕੋਲ ਮੌਜੂਦਾ ਪੰਜਾਬ ਹੈ ਉਹਦੇ ਉੱਪਰ ਜਿਹੜਾ ਟੱਕੀ ਨਾਮ ਦੇ ਕਬੀਲੇ ਦਾ ਕਬਜ਼ਾ ਹੈ ਤਾਂ ਉਹ ਭਾਸ਼ਾ ਦਾ ਨਾਮ ਕੀ ਪੈ ਗਿਆ, ਟੱਕੀ। ਉਹ ਕਿਹੜਾ ਸਾਡੇ ਕੋਲ ਇਲਾਕਾ ਸੀ, ਪੂਰਬੀ ਪੰਜਾਬ। ਠੀਕ ਹੈ, ਜਿਹੜੀ ਅੱਜ ਦੀ ਹੁਣ ਜਿਹੜੇ ਅੱਜ ਦੇ ਸਾਡੇ ਜਿਹੜੇ ਵਿਦਵਾਨ ਹੈ ਉਹ ਪੰਜਾਬੀ ਭਾਸ਼ਾ ਦਾ ਵਿਕਾਸ ਕਹਿੰਦੇ ਤੋਂ ਮੰਨਦੇ ਆ, ਕੈਕਈ ਅਪਭ੍ਰੰਸ਼ ਤੋਂ, ਕਹਿੰਦੇ ਤੋਂ ਮੰਨਦੇ ਆ ਕੈਕਈ ਅਪਭ੍ਰੰਸ਼ ਤੋਂ। ਠੀਕ ਹੈ ਜੀ, ਪੰਜਾਬੀ ਭਾਸ਼ਾ ਦਾ ਵਿਕਾਸ ਅਸੀਂ ਜਾਣਿਆ ਵੀ ਕੀ ਹੋਇਆ ਸਾਡੇ ਕੋਲ,
ਸੰਸਕ੍ਰਿਤ ਆਈ, ਸੰਸਕ੍ਰਿਤ ਦੇ ਵੈਦਿਕ ਸੰਸਕ੍ਰਿਤ ਆਈ, ਜਦੋਂ ਉਹਦੇ ਉੱਪਰ ਕੀ ਕੀਤਾ ਲਾਗੂ ਹੋ ਗਿਆ, ਵਿਆਕਰਣ ਲਾਗੂ ਹੋਇਆ ਤੇ ਕਲਾਸੀਕਲ ਸੰਸਕ੍ਰਿਤ ਬਣੀ। ਉਹਦੇ ਤੋਂ ਕੀ ਹੋਇਆ ਫਿਰ ਪ੍ਰਕਿਰਤ ਭਾਸ਼ਾਵਾਂ ਪੈਦਾ ਹੋਈਆਂ, ਕਿਉਂਕਿ ਇਹ ਕਿ ਆਮ ਲੋਕਾਂ ਤੋਂ ਦੂਰ ਹੋ ਗਈ। ਜਦੋਂ ਪ੍ਰਕਿਰਤ ਭਾਸ਼ਾਵਾਂ ਉੱਪਰ ਵਿਆਕਰਣ ਲਾਗੂ ਹੋਏ ਤੇ ਇਹ ਵੀ ਆਮ ਲੋਕਾਂ ਤੋਂ ਦੂਰ ਹੋ ਗਈਆਂ, ਤੇ ਫਿਰ ਕੀ ਆ ਸਾਡੇ ਕੋਲ ਅਪਭ੍ਰੰਸ਼ ਭਾਸ਼ਾਵਾਂ ਪੈਦਾ ਹੋਈਆਂ। ਹੁਣ ਅਪਭ੍ਰੰਸ਼ ਭਾਸ਼ਾਵਾਂ ਤੋਂ ਫਿਰ ਕੀ ਜਿਹੜੀਆਂ ਪੰਜ ਅਪਭ੍ਰੰਸ਼ ਭਾਸ਼ਾਵਾਂ ਪੈਦਾ ਕਰੀਏ, ਪਛਾਚੀ, ਸ਼ੌਰ ਸੈਨੀ, ਮਗਧੀ, ਅਰਧ ਮਗਧੀ ਤੇ ਮਹਾਰਾਸ਼ਟਰੀ। ਠੀਕ ਹੈ ਜੀ, ਮਹਾਰਾਸ਼ਟਰੀ ਇਹ ਚਾਰ ਜਿਹੜੀ ਪੰਜ ਅਪਭ੍ਰੰਸ਼ ਦੇ ਵਿੱਚੋਂ ਹੀ ਫਿਰ ਜਿਹੜੀ ਪਛਾਚੀ ਅਪਭ੍ਰੰਸ਼ੀ ਉਹਦੇ ਤੋਂ ਕੀ ਹੈ ਪੰਜਾਬੀ ਜਿਹੜੀ ਹੈ ਭਾਸ਼ਾ ਦਾ ਵਿਕਾਸ ਹੋਇਆ। ਪਰ ਜਦੋਂ ਪੇਪਰ ਦੇ ਵਿੱਚ ਆਉਣਾ ਹੈ, ਜੇਕਰ ਪੁੱਛ ਰਹੇ ਉਹਨੇ ਪੰਜਾਬੀ ਭਾਸ਼ਾ ਦਾ ਵਿਕਾਸ ਕਿਹਦੇ ਤੋਂ ਹੋਇਆ, ਕਿਹਦੇ ਤੋਂ ਹੋਇਆ, ਸੰਸਕ੍ਰਿਤ ਭਾਸ਼ਾ ਤੋਂ। ਠੀਕ ਹੈ, ਜੇਕਰ ਉਹ ਪੁੱਛ ਲਾਉਣੇ ਪੰਜਾਬੀ ਦਾ ਕਿਹੜੀ ਜਿਹੜੀ ਪ੍ਰਕਿਰਤ ਭਾਸ਼ਾ, ਕਿਹੜੀ ਪ੍ਰਕਿਰਤ ਤੋਂ ਆਇਆ, ਪਾਲੀ ਪ੍ਰਕਿਰਤ ਤੋਂ। ਕਿਹਦੇ ਤੋਂ ਆਇਆ, ਪਾਲੀ ਪ੍ਰਕਿਰਤ ਤੋਂ। ਠੀਕ ਹੈ ਜੀ, ਪਾਲੀ ਪ੍ਰਕਿਰਤ ਤੋਂ ਕੀ ਆ ਗਿਆ, ਜਿਹੜੀਆਂ ਅਪਭ੍ਰੰਸ਼ ਭਾਸ਼ਾ ਪੈਦਾ ਹੋਈਆਂ, ਜਿਹੜੀ ਪਛਾਚੀ ਅਪਭ੍ਰੰਸ਼ ਹੈ ਉਹਦੇ ਤੋਂ ਪੰਜਾਬੀ ਦਾ ਵਿਕਾਸ ਹੋਇਆ। ਜੇ ਪਰ ਜਦ ਅਸੀਂ ਪੇਪਰ ਦੇ ਵਿੱਚ ਲਿਖਣਾ ਹੈ ਤੇ ਅਸੀਂ ਪਹਿਲਾਂ ਇਹੀ ਪੁੱਛਣਗੇ ਵੀ ਪੰਜਾਬੀ ਭਾਸ਼ਾ ਕੀ ਇੱਕ ਆਰੀਅਨ ਭਾਸ਼ਾ ਹੈ। ਠੀਕ ਹੈ ਜੀ, ਪੰਜਾਬੀ ਭਾਸ਼ਾ ਇੱਕ ਸ਼ੁੱਧ ਆਰੀਅਨ ਭਾਸ਼ਾ ਹੈ। ਉਸ ਤੋਂ ਬਾਅਦ ਕੀ ਹੈ, ਪੰਜਾਬੀ ਭਾਸ਼ਾ ਦੀ ਅਪਭ੍ਰੰਸ਼ ਭਾਸ਼ਾ ਕਿਹੜੀ ਹੈ ਜੀ, ਕਿਆ ਕਈ ਅਪਭ੍ਰੰਸ਼ ਪੰਜਾਬੀ ਜਿਹੜੀ ਮੌਜੂਦਾ ਪੰਜਾਬੀ ਹੈ ਉਹਦਾ ਵਿਕਾਸ ਕਹਿੰਦੇ ਤੋਂ ਆਇਆ, ਕਿਆ ਕਈ ਅਪਭ੍ਰੰਸ਼ ਤੋਂ। ਠੀਕ ਹੈ ਜੀ, ਹੁਣ ਅਗਲਾ ਸਾਡੇ ਕੋਲ ਅਸੀਂ ਇਹ ਜਾਣ ਲਿਆ ਵੀ ਜਿਹੜਾ ਪੰਜਾਬੀ ਭਾਸ਼ਾ ਹੈ, ਠੀਕ ਹੈ, ਉਹਦਾ ਵਿਕਾਸ ਕਿਸ ਤਰ੍ਹਾਂ ਹੋਇਆ। ਠੀਕ ਹੈ, ਉਸ ਤੋਂ ਬਾਅਦ ਅਸੀਂ ਪੰਜਾਬੀ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ। ਭਾਸ਼ਾ ਦੀ ਬਣਤਰ ਪੰਜਾਬੀ ਧੁਨੀਆਂ ਤੇ ਨਿਰਭਰ ਹੁੰਦੀ ਹੈ। ਇਹੋ ਧੁਨੀਆਂ ਪੰਜਾਬੀ ਦੀਆਂ ਨੀਹਾਂ ਹਨ ਜਿਨ੍ਹਾਂ ਉੱਤੇ ਸਾਰੀ ਪੰਜਾਬੀ ਭਾਸ਼ਾ ਦੀ ਉਸਾਰੀ ਹੁੰਦੀ ਹੈ। ਪੰਜਾਬੀ ਵਿੱਚ ਕੁੱਲ 41 ਧੁਨੀਆਂ ਮੰਨੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਰੇਖਾ ਚਿੱਤਰ ਵਿੱਚ ਵਿਖਾਇਆ ਜਾਂਦਾ ਹੈ। ਹੁਣ ਅਸੀਂ ਇਹ ਜਾਣਿਆ, ਮੈਂ ਤੁਹਾਡੇ ਨਾਲ ਪਹਿਲਾਂ ਵੀ ਚਰਚਾ ਕਰ ਚੁੱਕਿਆ ਵੀ ਜਿਹੜੀ ਧੁਨੀਆਂ ਕਿਸੇ ਵੀ ਭਾਸ਼ਾ ਜਿਹੜੀ ਹੈ ਉਹਦਾ ਆਧਾਰ ਨਹੀਂ। ਸਾਰਥਕ ਦੁਨੀਆਂ ਦੇ ਵਿੱਚ ਕੋਈ ਵੀ ਭਾਸ਼ਾ ਜਿਹੜੀ ਹੈ ਆਪਦਾ ਜਿਹੜਾ ਕਾਰ ਵਿਹਾਰ ਚਲਾਉਂਦੀ ਹੈ, ਆਪਦਾ ਜਿਹੜਾ ਸਿਸਟਮ ਚਲਾਉਂਦੀ ਹੈ, ਜਿਹਦੇ ਦੁਆਰਾ ਕੋਈ ਭਾਸ਼ਾ ਕੀ ਹੈ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਦੀ ਹੈ ਜਾਂ ਸੰਚਾਰ ਨੂੰ ਕੀ ਹੈ ਪੈਦਾ ਕਰਦੀ ਹੈ, ਸੰਚਾਰ ਕਰਦੀ ਹੈ। ਠੀਕ ਹੈ, ਅਤੇ ਜਿਹਨਾਂ ਨੂੰ ਕੀ ਹੈ, ਹੁਣ ਕੀ ਅਸੀਂ ਜਾਣਿਆ ਪੰਜਾਬੀ ਦੀ ਕਿੰਨੀਆਂ ਧੁਨੀਆਂ ਜੀ, 41 ਧੁਨੀਆਂ। ਹੁਣ ਪੰਜਾਬੀ ਦੀ 41 ਧੁਨੀਆਂ ਕਿਹੜੀਆਂ ਅਸੀਂ ਜਾਣਦੇ ਹਾਂ, ਪੰਜਾਬੀ ਦੇ ਕਿੰਨੇ ਸਵਰ ਹੈ, 10 ਸਵਰ ਹੈ। ਠੀਕ ਹੈ ਜੀ, ਅ ਆ ਈ ਇਹ ਕੀ ਹੈ ਪੰਜਾਬੀ ਦੇ, ਕੀ ਹੈ ਫਿਰ ਸਾਡੇ ਕੋਲ ਕੀ ਹੈ ਪੰਜਾਬੀ ਦੇ 10 ਸਵਰ ਹੈ। ਠੀਕ ਹੈ, ਉਸ ਤੋਂ ਇਲਾਵਾ ਪੰਜਾਬੀ ਦੇ ਕੀ ਆ ਸਾਡੇ ਕੋਲ, ਕੱਕਾ, ਖੱਖਾ, ਗੱਗਾ, ਗੰਗਾ, ਚੱਚਾ, ਛੱਛਾ, ਜੱਜਾ, ਜਈਆਂ, ਟੈਂਕਾ, ਠੱਠਾ, ਡੱਡਾ, ਨਾਣਾ, ਤੱਤਾ, ਥੱਥਾ, ਦੱਦਾ ਅਤੇ ਨੰਨਾ, ਪੱਪਾ, ਫੱਫਾ, ਬੱਬਾ ਅਤੇ ਮੰਮਾ, ਯਈਆ, ਰਾਰਾ, ਲੱਲਾ, ਲੱਲੇ ਪੈਰ, ਬਿੰਦੀ, ਵਊਆ, ਡਾੜਾ, ਸੱਸਾ, ਸ਼ੱਸ਼ਾ ਅਤੇ ਹਾਹਾ। ਹੁਣ ਕੀ ਹੈ ਵੀ ਪੰਜਾਬੀ ਦੇ ਜਿਹੜੇ ਸ਼ੁੱਧ ਕਿੰਨੇ ਵਿਅੰਜਨ ਹੈ, 29 ਵਿਅੰਜਨ ਹੈ। ਕਿੰਨੇ ਵਿਅੰਜਨ ਹੈ ਜੀ ਪੰਜਾਬੀ ਦੇ ਸ਼ੁੱਧ, 29 ਵਿਅੰਜਨ ਹੈ। ਠੀਕ ਹੈ ਜੀ, ਇਹਨਾਂ ਸਭ ਦੇ ਜੋੜ ਤੋਂ ਕੀ ਆ, 41 ਸਾਡੇ ਕੋਲ ਕੀ ਬਣਦੀਆਂ, ਧੁਨੀਆਂ ਬਣਦੀਆਂ। ਕਿੰਨੀਆਂ ਧੁਨੀਆਂ ਬਣਦੀਆਂ ਸਾਡੇ ਕੋਲ, 41 ਧੁਨੀਆਂ। ਹੁਣ ਅਸੀਂ ਜਾਣਦੇ ਹਾਂ ਵੀ ਪੰਜਾਬੀ ਦੇ ਵਿੱਚ ਕੀ ਆ ਸਾਡੇ ਕੋਲ, ਹੁਣ ਕੀ ਆ, 10 ਕੀ ਹੈ ਸਵਰ ਹੈ, 29 ਕੀ ਹੈ ਵਿਅੰਜਨ ਹੈ। ਠੀਕ ਹੈ, ਇਹ ਬਣ ਗਿਆ ਸਾਡੇ ਕੋਲ 39, ਤੇ 2 ਕੀ ਹੈ ਸਾਡੇ ਕੋਲ, ਅਰਧ ਸਵਰ। ਅਰਧ ਸਵਰ। ਠੀਕ ਹੈ ਜੀ, ਹੁਣ ਅਸੀਂ ਕੀ ਦੇਖਿਆ ਹੈ ਵੀ 29 ਜਿਹੜੇ ਪੰਜਾਬੀ ਦੇ ਕੀ ਹੈ, ਸ਼ੁੱਧ ਵਿਅੰਜਨ ਹੈ। ਠੀਕ ਹੈ ਜੀ, ਤੇ 2 ਕੀ ਹੈ ਸਾਡੇ ਕੋਲ, ਅਰਧ ਸਵਰ ਹੈ, ਤੇ 10 ਕੀ ਹੈ ਸਵਰ ਹੈ। ਹੁਣ 10 ਸਵਰ ਤਾਂ ਸਾਨੂੰ ਪਤਾ ਲੱਗ ਗਿਆ, ਅ ਆ ਈ ਈ ਊ ਏ ਐ ਵਾਲੇ। ਠੀਕ ਹੈ, ਉਸ ਤੋਂ ਇਲਾਵਾ ਜਿਹੜੇ ਸ਼ੁੱਧ ਅਸੀਂ ਵਿਅੰਜਨਾਂ ਦੀ ਗੱਲ ਕਰਦੇ ਹਾਂ,
ਤੇ ਪੰਜਾਬੀ ਦੇ ਅਸੀਂ ਜਾਣਦੇ ਹਾਂ ਵੀ ਤਿੰਨ ਊੜਾ ਐੜਾ ਈੜੀ ਜਿਹੜੇ ਸਵਰ ਵਾਕ ਕੱਢਦੇ ਆ ਤੇ 35 ਅੱਖਰ ਬਚਦੇ ਆ। 35 ਦੇ ਵਿੱਚੋਂ ਕੀ ਹੈ ਸਾਡੇ ਕੋਲ ਕੀ ਹੈ ਹੁਣ ਜਿਹੜਾ ਹਾਹਾ ਹੈ ਉਹ ਕੀ ਹੈ ਸੁਰ ਯੰਤਰੀ ਹੈ ਤੇ ਯਈਆ ਤੇ ਵਊਆ ਸਾਡੇ ਕੋਲ ਕੀ ਹੈ ਅਰਧ ਸਵਰ ਹੈ। ਜੇਕਰ ਅਸੀਂ 32 ਦੇ ਵਿੱਚੋਂ ਜੇਕਰ 3 ਅੱਖਰ ਕੱਢ ਦਿੰਦੇ ਹਾਂ ਤਾਂ ਸਾਡੇ ਕੋਲ ਕੀ ਬਚਦੇ ਆ 29 ਸ਼ੁੱਧ ਵਿਅੰਜਨ ਬਚਦੇ ਆ। 10 ਕੀ ਹੈ ਸਾਡੇ ਕੋਲ ਸਵਰ ਹੈ, ਠੀਕ ਹੈ ਜੀ। ਤੇ 2 ਕੀ ਹੈ ਸਾਡੇ ਕੋਲ ਫਿਰ ਵਿਅੰਜਨ ਦੇ ਜਿਹੜੇ ਬਚਦੇ ਆ ਉਹ ਕੀ ਹੈ ਅਰਧ ਸਵਰ ਹੈ। ਜਦੋਂ ਅਸੀਂ ਇਹਨਾਂ ਸਾਰਿਆਂ ਨੂੰ ਮਿਲਾ ਦਿੰਦੇ ਹਾਂ ਤਾਂ ਸਾਡੇ ਕੋਲ ਪੰਜਾਬੀ ਦੇ ਕੀ ਬਣ ਜਾਂਦੀਆਂ ਨੇ 41 ਧੁਨੀਆਂ, ਠੀਕ ਹੈ। ਪੰਜਾਬੀ ਦਾ ਹੁਣ ਅਸੀਂ ਵਿਸ਼ੇਸ਼ਤਾਵਾਂ ਕਰ ਰਹੇ ਹਾਂ ਤੇ ਪੰਜਾਬੀ ਭਾਸ਼ਾ ਜਿਹੜੀ ਆ ਉਹ 41 ਧੁਨੀਆਂ ਜਿਹੜੀਆਂ ਪੰਜਾਬੀ ਭਾਸ਼ਾ ਦੀਆਂ ਨੇ ਜਿਨ੍ਹਾਂ ਦੇ ਦੁਆਰਾ ਪੰਜਾਬੀ ਭਾਸ਼ਾ ਜਿਹੜੀ ਹੈ ਉਹ ਕਾਰ ਵਿਹਾਰ ਕਰਦੀ ਹੈ, ਸੰਚਾਰ ਕਰਦੀ ਹੈ ਜਾਂ ਸਾਰਥਕ ਹੁੰਦੀ ਹੈ, ਠੀਕ ਹੈ ਜੀ। ਜਦੋਂ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤੇ ਮੈਂ ਕੇਵਲ ਤੇ ਕੇਵਲ 41 ਧੁਨੀਆਂ ਦੀ ਹੀ ਵਰਤੋਂ ਕਰ ਰਿਹਾ, ਠੀਕ ਹੈ ਜੀ। ਹੁਣ ਬਿੰਦੀ ਟਿੱਪੀ ਅਤੇ ਅਦਕ ਨੂੰ ਅਸੀਂ ਨਹੀਂ ਗਿਣਦੇ ਕਿਉਂਕਿ ਬਿੰਦੀ ਟਿੱਪੀ ਅਤੇ ਅਦਕ ਕੀ ਹੈ ਪੰਜਾਬੀ ਦੀਆਂ ਜਿਹੜੀਆਂ ਕੀ ਹੈ ਅਖੰਡੀ ਧੁਨੀਆਂ ਹੈ। ਇਹਨਾਂ ਦਾ ਆਪਦੇ ਆਪ ਦੇ ਵਿੱਚ ਕੋਈ ਸਾਰਥਕ ਅਰਥ ਨਹੀਂ ਹੈ, ਇਹ ਇਕੱਲੀਆਂ ਨਹੀਂ ਵਿਚਰ ਸਕਦੀਆਂ। ਇਸ ਕਰਕੇ ਇਹਨਾਂ ਨੂੰ ਜਿਹੜਾ ਹੈ ਮੂਲ ਜਿਹੜੀ ਸਾਡੀ ਧੁਨੀਆਂ ਹੈ 41 ਉਹਨਾਂ ਦੇ ਵਿੱਚ ਸ਼ਾਮਿਲ ਜਿਹੜਾ ਨਹੀਂ ਕੀਤਾ ਜਾਂਦਾ। ਹੁਣ ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ ਜਾਂ ਜੱਜੇ ਪੈਰ ਬਿੰਦੀ ਤੇ ਫੱਫੇ ਪੈਰ ਬਿੰਦੀ ਜਿਹੜੇ ਸ਼ਬਦ ਹੈ ਉਹਨਾਂ ਨੂੰ ਇਹਨਾਂ ਦੇ ਵਿੱਚ ਹੀ ਸ਼ਾਮਿਲ ਕਰ ਲਿਆ ਜਾਂਦਾ। ਕਹਿਣ ਦਾ ਭਾਵ ਇਹ ਸ਼ੁੱਧ ਵਿਅੰਜਨਾਂ ਦੇ ਵਿੱਚ ਇਹ ਜਿਹੜੇ ਹੈ ਨਹੀਂ ਆਉਂਦੇ, ਠੀਕ ਹੈ ਜੀ। ਤੇ ਫਿਰ ਪੰਜਾਬੀ ਦੀ ਜਿਹੜੀ ਮੂਲ ਤੌਰ ਤੇ ਜਿਹੜੇ ਕਿੰਨੀਆਂ ਧੁਨੀਆਂ 41 ਧੁਨੀਆਂ ਹੈ ਜਿਹਦੇ ਵਿੱਚ 10 ਸਵਰ ਹੈ, 29 ਸ਼ੁੱਧ ਵਿਅੰਜਨ ਹੈ ਤੇ 2 ਕੀ ਹੈ ਸਾਡੇ ਕੋਲ ਅਰਧ ਸਵਰ ਹੈ ਯਈਆ ਅਤੇ ਵਊਆ। ਤੇ ਹਾਹਾ ਜਿਹੜਾ ਸਾਡੇ ਕੋਲ ਬਚਦਾ ਹੈ ਹਾਹੇ ਨੂੰ ਅਸੀਂ ਜਿਹੜਾ ਅਸੀਂ ਸ਼ਾਮਿਲ ਕਿਉਂ ਨਹੀਂ ਕਰਦੇ ਕਿਉਂਕਿ ਹਾਹੇ ਦੀ ਪੰਜਾਬੀ ਵਿੱਚ ਕੀ ਹੈ ਸਿਰਫ ਸੁਰ ਪੈਦਾ ਹੁੰਦੀ ਹੈ, ਪੂਰਨ ਤੌਰ ਤੇ ਉਚਾਰਿਆ ਨਹੀਂ ਜਾਂਦਾ। ਹੁਣ ਅੱਗੇ ਅਸੀਂ ਕਰ ਰਹੇ ਸੀ ਪੰਜਾਬੀ ਭਾਸ਼ਾ ਦੀ ਵਿਸ਼ੇਸ਼ਤਾਵਾਂ, ਉਹਦੇ ਵਿੱਚ ਅਸੀਂ ਗੱਲ ਕੀਤੀ ਹੈ ਵੀ 41 ਜਿਹੜੀਆਂ ਧੁਨੀਆਂ ਪੰਜਾਬੀ ਦੀਆਂ ਹੈਗੀਆਂ। ਪੰਜਾਬੀ ਦੇ ਪਛਾਣ ਚਿੰਨ੍ਹ ਜਾਂ ਹੋਰ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਪੰਜਾਬੀ ਭਾਸ਼ਾ ਦੇ ਮੁਹਾਂਦਰੇ ਦੀ ਪਛਾਣ ਕਰਨ ਲਈ ਭਾਵੇਂ ਬਹੁਤ ਸਾਰੀਆਂ ਬਰੇਕ ਗੱਲਾਂ ਹਨ ਪਰ ਮੋਟੇ ਤੌਰ ਤੇ ਪੰਜਾਬੀ ਭਾਸ਼ਾ ਦੇ 5 ਪਛਾਣ ਚਿੰਨ੍ਹ ਹਨ ਜੋ ਇਸ ਨੂੰ ਗੁਆਂਢੀ ਬੋਲੀਆਂ ਨਾਲੋਂ ਨਖੇੜਦੇ ਹਨ। ਪਹਿਲਾ ਇਹ ਹੈ ਕਿ ਪੰਜਾਬੀ ਸੁਰਾਤਮਕ ਭਾਸ਼ਾ, ਸਾਡੇ ਪਾਸੇ 2 ਸ਼ਬਦ ਹਨ ਚਾਹ ਯਾਨੀ ਚਾਓ ਅਤੇ ਦੂਜਾ ਹੈ ਵਾਹ ਯਾਨੀ ਇੱਥੇ ਚਾਹ ਆਉਣਾ ਸੀ ਸੋਰੀ ਹਾਂ ਚਾਹ ਯਾਨੀ ਚਾਹ ਦੀ ਪੱਤੀ। ਚਾਹ ਦਾ ਹਾਹਾ ਅਸੀਂ ਪੂਰਾ ਨਹੀਂ ਬੋਲਦੇ ਸਿਰਫ ਸੁਰ ਜਾਂ ਟੋਨ ਹੀ ਬੋਲਦੇ ਹਾਂ। ਇਸ ਲਈ ਚੱਚਾ ਅਤੇ ਚੱਚੇ ਪੈਰ ਹਾਹੇ ਵਿੱਚ ਜੋ ਅਰਥ ਦਾ ਫਰਕ ਹੈ ਉਹ ਸੁਰ ਜਾਂ ਇੱਥੇ ਟੋਨ ਕਰਕੇ ਹੈ। ਇਹ ਵਿਸ਼ੇਸ਼ਤਾ ਹੋਰ ਕਿਸੇ ਭਾਰਤੀ ਭਾਸ਼ਾ ਵਿੱਚ ਨਹੀਂ, ਸੋ ਟੋਨ ਜਾਂ ਸੁਰ ਪੰਜਾਬੀ ਦੀ ਪ੍ਰਮੁੱਖ ਵਿਸ਼ੇਸ਼ਤਾ ਹੈ, ਠੀਕ ਹੈ ਜੀ। ਜਿੱਦਾਂ ਅਸੀਂ ਪਿੱਛੇ ਚਰਚਾ ਕੀਤੀ ਹੈ ਅਸੀਂ ਦੇਖਿਆ ਜਿਹੜਾ ਹਾਹਾ ਅਤੇ ਉਸ ਤੋਂ ਇਲਾਵਾ ਜਿਹੜਾ ਕੱਗਾ ਡੱਡਾ ਪੱਬਾ ਚੱਜਾ ਅਤੇ ਤੱਦਾ ਇਹ ਜਿਹੜੇ 6 ਅੱਖਰ ਹੈ ਪੰਜਾਬੀ ਦੇ ਵਿੱਚ ਕੀ ਹੈ ਸੁਰ ਪੈਦਾ ਕਰਦੇ ਆ। ਇਹਨਾਂ ਦਾ ਪੂਰਨ ਉਚਾਰਾ ਐਜ਼ ਇਟ ਇਜ਼ ਜਿਵੇਂ ਕੱਗਾ ਡੱਡਾ ਪੱਬਾ ਚੱਜਾ ਤੱਦਾ ਅਤੇ ਹਾਹਾ ਇਹਨਾਂ ਨੂੰ ਪੂਰਨ ਤੌਰ 'ਤੇ ਨਹੀਂ ਉਚਾਰਿਆ ਜਾਂਦਾ, ਸਿਰਫ ਇਹਨਾਂ ਦੀ ਕੀ ਹੈ ਇੱਕ ਸੁਰ ਉਚਾਰੀ ਜਾਂਦੀ ਹੈ, ਜਿਸ ਕਰਕੇ ਪੰਜਾਬੀ ਭਾਸ਼ਾ ਕੀ ਹੈ ਇੱਕ ਸੁਰਾਤਮਕ ਭਾਸ਼ਾ ਹੈ। ਹੁਣ ਅਸੀਂ ਗੱਲ ਕਰ ਰਹੇ ਪੰਜਾਬੀ ਉਪ ਭਾਸ਼ਾਵਾਂ ਦੀ, ਜਦੋਂ ਅਸੀਂ ਗੱਲ ਕਰਨੀ ਹੈ ਤਾਂ ਪੰਜਾਬੀ ਦੀ ਉਪ ਭਾਸ਼ਾਵਾਂ ਪੂਰਬੀ ਪੰਜਾਬੀ ਦੀਆਂ ਭਾਸ਼ਾਵਾਂ ਅਤੇ ਪੱਛਮੀ ਪੰਜਾਬੀ, ਪੱਛਮੀ ਪੰਜਾਬੀ ਭਾਵ ਕਿ ਲਹਿੰਦਾ ਪੰਜਾਬ ਪਾਕਿਸਤਾਨ ਵਾਲਾ ਜਿਹੜਾ ਪੰਜਾਬ ਹੈ ਉਹਨਾਂ ਉਹ ਭਾਸ਼ਾਵਾਂ ਜਿਹੜੀ ਉਹ ਸੁਰਾਤਮਕ ਭਾਸ਼ਾਵਾਂ ਨਹੀਂ ਹਨ। ਕੇਵਲ ਜਿਹੜੀ ਪੂਰਬੀ ਪੰਜਾਬੀ ਵਿੱਚ ਜਿਹੜੇ ਮਲਵਈ ਦੁਆਬੀ ਮਾਝੀ ਪੁਆਧੀ ਜਿਹੜੀਆਂ ਭਾਸ਼ਾਵਾਂ ਨੇ ਉਹ ਸੁਰਾਤਮਕ ਭਾਸ਼ਾ ਨੇ। ਉਹਨਾਂ ਦਾ ਕਾਰਨ ਕੀ ਹੈ ਵੀ ਇਹਨਾਂ ਦੇ ਵਿੱਚ ਜਿਹੜਾ ਹਾਹਾ ਉਸ ਤੋਂ ਇਲਾਵਾ ਗੱਗਾ ਟੱਡਾ ਪੱਬਾ ਚੱਜਾ ਅਤੇ ਤੱਦਾ ਇਹ ਜਿਹੜੇ 6 ਅੱਖਰ ਹੈ ਇਹਨਾਂ ਨੂੰ ਪੂਰਨ ਨਹੀਂ ਉਚਾਰਿਆ ਜਾਂਦਾ, ਕੇਵਲ ਇਹਨਾਂ ਦੀ ਸੁਰ ਉਚਾਰੀ ਜਾਂਦੀ ਹੈ। ਇਸੇ ਕਰਕੇ ਜਿਹੜੀ ਪੂਰਬੀ ਪੰਜਾਬੀ ਦੀ ਭਾਸ਼ਾਵਾਂ ਨੇ ਉਹ ਕੀ ਨੇ
ਸੁਰਾਤਮਕ ਭਾਸ਼ਾਵਾਂ ਹਨ। ਇੱਕ ਤਾਂ ਇਹ ਪੰਜਾਬੀ ਦੀ ਵਿਸ਼ੇਸ਼ਤਾ ਹੈ ਕਿ ਪੰਜਾਬੀ ਇੱਕ ਸੁਰਾਤਮਕ ਭਾਸ਼ਾ ਹੈ, ਭਾਰਤ ਦੀ ਹੋਰ ਕੋਈ ਵੀ ਭਾਸ਼ਾ ਜਿਹੜੀ ਹੈ ਉਹ ਸੁਰਾਤਮਕ ਭਾਸ਼ਾ ਨਹੀਂ। ਹੁਣ ਪੱਛਮੀ ਪੰਜਾਬ ਦੀ ਭਾਸ਼ਾਵਾਂ ਜਿਹੜੀਆਂ ਨੇ ਉਹ ਸੁਰਾਤਮਕ ਕਿਉਂ ਨਹੀਂ, ਕਿਉਂਕਿ ਉਹਨਾਂ ਦੇ ਵਿੱਚ ਹਾਹਾ, ਗੱਗਾ, ਚੱਜਾ, ਟੱਡਾ, ਤੱਦਾ ਅਤੇ ਪੱਬਾ ਜਿਹੜੇ ਅੱਖਰ ਨੇ ਉਹਨਾਂ ਨੂੰ ਐਜ਼ ਇਟ ਇਜ਼ ਹੀ ਉਚਾਰਿਆ ਜਾਂਦਾ ਹੈ, ਜਿਨ੍ਹਾਂ ਦਾ ਜਿਵੇਂ ਉਹਨਾਂ ਦਾ ਉਚਾਰਨ ਹੈ ਉਹ ਤੇ ਕੱਗੇ ਨੂੰ ਕਾਹ, ਠੀਕ ਹੈ, ਚਾਹ, ਇਸ ਤਰ੍ਹਾਂ ਪੂਰਨ ਤੌਰ 'ਤੇ ਉਚਾਰਿਆ ਜਾਂਦਾ। ਪਰ ਜਦੋਂ ਪੰਜਾਬੀ ਦੀ ਗੱਲ ਕਰਦੇ ਹਾਂ ਤਾਂ ਇੱਥੇ ਕੀ ਆਵੇਗਾ, ਚਾਓ, ਇੱਥੇ ਕਹਿੰਦੇ ਚਾਹ, ਚੱਚੇ ਨੂੰ ਕਹਿੰਦਾ ਹਾਹਾ ਚਾਹ, ਜਿਹੜਾ ਪੂਰਾ ਨਹੀਂ ਉਚਾਰਿਆ ਜਾਂਦਾ, ਉਹ ਕੇਵਲ ਕਿੰਨਾ ਕੁ ਉਚਾਰਿਆ ਜਾਵੇਗਾ, ਚੱਚੇ ਨੂੰ ਕਹਿੰਦਾ ਪੈਰ 'ਚ ਹਾਹਾ ਚਾਹ, ਬਸ ਇੰਨਾ ਕੁ ਉਚਾਰਿਆ ਜਾਂਦਾ। ਕਿਉਂਕਿ ਅਸੀਂ ਅਕਸਰ ਅਸੀਂ ਵੇਖਦੇ ਵੀ ਹਾਂ ਜਿਹੜੀ ਪੰਜਾਬੀ ਭਾਸ਼ਾ ਹੈ ਉਹਦੇ ਵਿੱਚ ਹਾਹਾ ਜਿਹੜਾ ਪੂਰਨ ਨਹੀਂ ਉਚਾਰਿਆ ਜਾਂਦਾ, ਇਸ ਕਰਕੇ ਇਹਦੀ ਕਿ ਇੱਕ ਸੁਰ ਪੈਦਾ ਹੁੰਦੀ ਹੈ। ਅਤੇ ਪੰਜਾਬੀ ਕੀ ਹੈ, ਇੱਕ ਸੁਰਾਤਮਕ ਭਾਸ਼ਾ ਹੈ। ਪੰਜਾਬੀ ਵਿੱਚ ਦੁੱਤੀਕਰਨ ਦੀ ਪ੍ਰਭਾਵ ਹੈ, ਅਕਸਰ ਅਸੀਂ ਲਿਖਤ ਵਿੱਚ ਅੱਧਕ ਜਾਂ ਦੁੱਧ ਧੁਨੀਆਂ ਹੀ ਉਚਾਰਦੇ ਹਾਂ। ਇਸ ਨੂੰ ਜੁੱਟ ਵਿਅੰਜਨ ਕਹਿੰਦੇ ਹਨ, ਜਿਵੇਂ ਦੁੱਧ, ਪੁੱਤ, ਵੱਗ, ਪੱਤਾ, ਮੱਥਾ, ਵੱਥ, ਨੱਕ, ਅੱਖ। ਹਿੰਦੀ ਉਰਦੂ ਵਿੱਚ ਇਹ ਸ਼ਬਦ ਦੁੱਧ, ਪੂਤ, ਮਾਥਾ, ਵਸਤੂ, ਨਾਕ, ਆਂਖ ਆਦਿ ਬਣ ਜਾਂਦੇ ਹਨ। ਹੁਣ ਪੰਜਾਬੀ ਦੀ ਇੱਕ ਅਲੱਗ ਤੋਂ ਵਿਸ਼ੇਸ਼ਤਾ ਹੋਰ ਕਿਹੜੀ ਹੈ, ਪੰਜਾਬੀ ਵਿੱਚ ਦੁੱਤੀਕਰਨ ਕਹਿਣ ਦਾ ਭਾਵ ਕਿ ਦਬਾਅ ਜਾਂ ਦੋਹਰਾ ਅੱਖਰ ਉਚਾਰਨ ਦੀ ਇੱਕ ਵਿਸ਼ੇਸ਼ਤਾ ਹੈ। ਹੁਣ ਜਦੋਂ ਅਸੀਂ ਦੁੱਧ ਨੂੰ ਲਿਖਦੇ ਹਾਂ ਜਾਂ ਪੁੱਤ ਨੂੰ ਲਿਖਦੇ ਹਾਂ, ਪੱਤਾ ਲਿਖਦੇ ਹਾਂ, ਤਾਂ ਪੱਤੇ ਦਾ ਉਚਾਰਨ ਜਾਣਦੇ ਅਸੀਂ ਕਿਵੇਂ ਹੋਵੇਗੇ, ਪੱਤਾ, ਠੀਕ ਹੈ। ਪੱਤੇ ਨੂੰ ਜਦ ਅਸੀਂ ਖੋਲ੍ਹ ਕੇ ਲਿਖਦੇ ਹਾਂ ਤਾਂ ਕੀ ਬਣੇਗਾ ਸਾਡੇ ਕੋਲ, ਪੱਪਾ ਪਲੱਸ ਤੱਤਾ ਪਲੱਸ ਤੱਤਾ ਪਲੱਸ ਆ। ਇਹ ਕੀ ਹੈ, ਪੱਤਾ ਦਾ ਸਹੀ ਉਚਾਰਨ ਹੈ, ਜਿਹੜੇ ਪੱਤੇ ਦੀ ਧੁਨੀ ਵਿਉਂਤ ਹੈ। ਅਸਲ 'ਚ ਪੱਤੇ ਦੇ ਵਿੱਚ ਇੱਕ, ਦੋ, ਤਿੰਨ, ਚਾਰ ਧੁਨੀਆਂ ਮੌਜੂਦ ਹੈ ਪੱਤੇ ਦੇ ਵਿੱਚ, ਠੀਕ ਹੈ। ਹੁਣ ਕੀ ਹੈ, ਪੰਜਾਬੀ ਦੇ ਵਿੱਚ ਦੁੱਤੀਕਰਨ ਦੀ ਜਿਹੜੀ ਕੀ ਹੈ ਇੱਕ ਬਿਰਤੀ ਪਾਈ ਜਾਂਦੀ ਹੈ, ਇਹ ਪੰਜਾਬੀ ਦੀ ਆਪਣੀ ਇੱਕ ਵਿਸ਼ੇਸ਼ਤਾ ਹੈ। ਬਾਕੀ ਜਿਹੜੇ ਉਰਦੂ ਜਾਂ ਹਿੰਦੀ ਜਾਂ ਹੋਰ ਭਾਸ਼ਾਵਾਂ ਹੈ ਉਹਨਾਂ ਵਿੱਚ ਦੁੱਤ ਕਰਨ ਦੀ ਜਿਹੜੀ ਹੈ ਬਿਰਤੀ ਉਹ ਨਹੀਂ ਪਾਈ ਜਾਂਦੀ, ਠੀਕ ਹੈ ਜੀ। ਪੰਜਾਬੀ ਆਮ ਤੌਰ 'ਤੇ ਵਿਯੋਗਾਤਮਕ ਭਾਸ਼ਾ ਕਹਿਣ ਦਾ ਭਾਵ ਕੀ ਹੈ, ਪੰਜਾਬੀ ਇੱਕ ਵਿਯੋਗਾਤਮਕ ਭਾਸ਼ਾ ਹੈ। ਉਹ ਕਿਵੇਂ ਹੈ, ਪੰਜਾਬੀ ਦਾ ਹਰ ਸ਼ਬਦ ਵੱਖਰਾ ਵੱਖਰਾ ਪਿਆ ਰਹਿੰਦਾ ਹੈ, ਜਿਵੇਂ ਮੋਹਨ ਅਤੇ ਸੋਹਣ ਘਰ ਨੂੰ ਜਾਂਦੇ ਹਨ। ਹੁਣ ਕੀ ਹੈ, ਮੋਹਨ ਅਤੇ ਸੋਹਣ ਘਰ ਨੂੰ ਜਾਂਦੇ ਹਨ, ਕੀ ਹਰੇਕ ਅੱਖਰ ਜਿਹੜਾ ਪੰਜਾਬੀ ਦਾ ਕੀ ਪਿਆ, ਉਹ ਅਲੱਗ ਤੋਂ ਪਿਆ। ਇਸ ਵਾਕ ਵਿੱਚ ਸੱਤ ਰੂਪ ਆਏ ਹਨ ਅਤੇ ਇਹ ਅੱਡੋ ਅੱਡ ਪਏ ਹੋਣ ਕਰਕੇ ਵਿਯੋਗਾਤਮਕ ਹਨ, ਪਰ ਕਿਤੇ ਕਿਤੇ ਪੰਜਾਬੀ ਸੰਯੋਗਾਤਮਕ ਹੋ ਜਾਂਦੀ ਹੈ, ਜਿਵੇਂ ਮੋਹਨ ਅਤੇ ਸੋਹਣ ਘਰੋਂ ਆਏ ਹਨ। ਹੁਣ ਘਰੋਂ ਕੀ ਹੈ, ਠੀਕ ਹੈ, ਘਰੋਂ ਆਏ ਹਨ। ਹੁਣ ਇੱਥੇ ਕੀ ਹੈ, ਇੱਥੇ ਲਿਖਣਾ ਸੀ ਘਰ ਤੋਂ ਆਏ ਹਨ, ਪਰ ਘਰ ਤੋਂ ਦਾ ਕੀ ਕਰਤਾ, ਘਰੋਂ। ਇਸੇ ਚੀਜ਼ ਨੂੰ ਕੀ ਕਹਿੰਦੇ, ਸੰਯੋਗਾਤਮਕ। ਅਤੇ ਵਿਯੋਗਾਤਮਕ ਹੀ ਹੁੰਦਾ ਜਦੋਂ ਅਸੀਂ ਸਾਰੇ ਸ਼ਬਦਾਂ ਨੂੰ ਅਲੱਗ ਅਲੱਗ ਕਰਕੇ ਲਿਖਦੇ ਹਾਂ, ਉਸ ਨੂੰ ਕੀ ਕਹਿੰਦੇ, ਸੰਯੋਗਾਤਮਕ ਭਾਸ਼ਾ, ਠੀਕ ਹੈ ਜੀ। ਅਤੇ ਵਿਯੋਗਾਤਮਕ ਕੀ ਹੈ ਸਾਡੇ ਕੋਲ, ਸੋਰੀ, ਜਦੋਂ ਅਸੀਂ ਮੋਹਨ ਅਤੇ ਸੋਹਣ ਘਰ ਨੂੰ ਜਾਂਦੇ ਹਨ, ਇਹ ਕੀ ਹੋ ਗਿਆ, ਸੰਯੋਗਾਤਮਕ, ਸੋਰੀ, ਵਿਯੋਗਾਤਮਕ। ਅਤੇ ਜਦੋਂ ਲਿਖਦੇ ਅਸੀਂ ਮੋਹਨ ਅਤੇ ਸੋਹਣ ਘਰੀ ਜਾਂਦੇ ਹਨ, ਉਹ ਕੀ ਹੋਣਾ ਸੀ, ਸੰਯੋਗਾਤਮਕ ਭਾਸ਼ਾ। ਜਦੋਂ ਪੰਜਾਬੀ ਜਿਹੜੀ ਆ ਉਹ ਇਹੋ ਜਿਹੀ ਭਾਸ਼ਾ ਜਿਹਦੇ ਹਰੇਕ ਜਿਹੜਾ ਸ਼ਬਦ ਹੈ ਉਹ ਅਲੱਗ ਅਲੱਗ ਉਚਾਰਿਆ ਜਾਂਦਾ, ਨਾ ਕਿ ਉਹਨਾਂ ਨੂੰ ਇਕੱਠਾ ਉਚਾਰਿਆ। ਜਿੱਦਾਂ ਅਸੀਂ ਕਹਿੰਦੇ ਘਰੀ ਜਾਂ ਘਰੋਂ, ਇੱਥੇ ਆਉਣਾ ਸੀ ਘਰ ਤੋਂ ਆਏ ਹਨ, ਪਰ ਕੀ ਇੱਥੋਂ ਲਿਖਤਾ ਇਕੱਲਾ ਘਰੋਂ, ਇਸ ਕਰਕੇ ਪੰਜਾਬੀ ਕਿਹੜੀ ਕਿਤੇ ਕਿਤੇ ਸੰਯੋਗਾਤਮਕ ਭਾਸ਼ਾ ਹੈ, ਅਦਰਵਾਈਜ਼ ਪੰਜਾਬੀ ਜਿਹੜੀ ਕੀ ਹੈ ਉਹ ਵਿਯੋਗਾਤਮਕ ਭਾਸ਼ਾ ਹੈ। ਅਗਲਾ ਸਾਡੇ ਕੋਲ ਪੰਜਾਬੀ ਪਿਛੇਤਰਾਤਮਕ ਭਾਸ਼ਾ ਹੈ। ਊਂ ਪੰਜਾਬੀ ਵਿੱਚ ਅਗੇਤਰ ਵੀ ਹਨ, ਜਿਵੇਂ ਬੇਅਕਲ, ਬੇਈਮਾਨ, ਬੇਕਿਰਕ ਵਿੱਚ ਅਗੇਤਰ ਬੇ ਹੈ, ਪਰ ਪਿਛੇਤਰ ਬਹੁਤ ਵੱਡੀ ਗਿਣਤੀ ਵਿੱਚ ਹਨ। ਪੰਜਾਬੀ ਦੀ ਇੱਕ ਕਿਰਿਆ ਦਾ ਰੂਪ ਕਰਨ ਗਈਆਂ, ਇਸ ਵਿੱਚ ਚਾਰ ਪਿਛੇਤਰ ਹਨ ਜੋ ਕਰ ਨਾਲ ਜੁੜ ਕੇ ਆਏ ਹਨ। ਹੁਣ ਕਹਿਣ ਦਾ ਭਾਵ ਕੀ ਹੈ,
ਪੰਜਾਬੀ ਕੀ ਇੱਕ ਪਿਛੇਤਰਾਤਮਕ ਭਾਸ਼ਾ, ਪੰਜਾਬੀ ਦੇ ਵਿੱਚ ਪਿਛੇਤਰਾਂ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਹੁਣ ਅਸੀਂ ਕਿੱਥੇ ਦੇਖਿਆ, ਸਾਡੇ ਕੋਲ ਬੇਈਮਾਨ, ਬੇਕਿਰਕ, ਠੀਕ ਹੈ ਜੀ, ਇੱਧਰ ਸੀ ਬੇਅਕਲ, ਹੁਣ ਇਹਨਾਂ ਦੇ ਵਿੱਚ ਕੀ ਹੈ, ਬੇਅਗੇਤਰ ਦੀ ਵਰਤੋਂ ਹੋਈ ਹੈ। ਪੰਜਾਬੀ ਵਿੱਚ ਅਗੇਤਰ ਵੀ ਪਾਈ ਜਾਂਦੇ ਪਰ ਮੁੱਖ ਤੌਰ 'ਤੇ ਪੰਜਾਬੀ ਜਿਹੜੀ ਹੈ ਉਹਦੇ ਵਿੱਚ ਪਿਛੇਤਰ ਪਾਏ ਜਾਂਦੇ, ਜਿੱਦਾਂ ਹੁਣ ਸਾਡੇ ਕੋਲ ਸ਼ਬਦ ਹੈ ਕਰਨ ਗੀਆਂ, ਹੁਣ ਸਾਡੇ ਕੋਲ ਮੂਲ ਸ਼ਬਦ ਆ ਕਰਨ, ਪਰ ਗੀ ਕੀ ਆ ਜਾਂਦੇ 'ਚ ਪਿਛੇਤਰ, ਇਹ ਕੀ ਬਣ ਗਿਆ ਭਵਿੱਖਾਤਮਕ, ਕਰਨ ਨੂੰ ਭਵਿੱਖ ਵਿੱਚ ਲਿਖਣ ਵਾਸਤੇ ਕੀ ਹੈ ਗੀਆਂ, ਗੀ ਲੱਗ ਗਿਆ। ਉਸ ਤੋਂ ਬਾਅਦ ਕੀ ਹੈ ਆ ਕੀ ਬਣ ਗਿਆ ਸਾਡੇ ਕੋਲ ਗੀ ਆ, ਆ ਕੀ ਬਣ ਗਿਆ ਬਹੁ ਵਚਨ ਬਣਾਉਂਦਾ। ਹੁਣ ਕੀ ਹੈ ਕਰ ਮੂਲ ਧਾਤੂ ਹੈ ਅਤੇ ਅਨ ਕਿਰਿਆ ਦਾ ਕੀ ਹੈ ਬਹੁ ਵਚਨ, ਕਰਨ, ਕਰ ਕੀ ਹੈ ਮੂਲ, ਠੀਕ ਹੈ, ਅਨ ਨਾਲ ਲੱਗਿਆ ਤਾਂ ਕੀ ਬਣ ਗਿਆ ਬਹੁ ਵਚਨ, ਗ ਲੱਗਿਆ ਤਾਂ ਕੀ ਬਣ ਗਿਆ ਭਵਿੱਖ ਕਾਲ, ਕਰਨ ਗੀ, ਠੀਕ ਹੈ, ਈ ਇਸਤਰੀ ਲਿੰਗ ਲੱਗਿਆ ਅਤੇ ਆ ਕੀ ਹੈ ਨਾਵੀ ਬਹੁ ਵਚਨ ਬਣਿਆ। ਹੁਣ ਇੱਕ ਸ਼ਬਦ ਦੇ ਵਿੱਚ ਕਿੰਨੇ ਪਿਛੇਤਰ ਲੱਗ ਗਏ, ਇੱਕ, ਦੋ, ਤਿੰਨ ਅਤੇ ਚਾਰ। ਕਹਿਣ ਦਾ ਭਾਵ ਕਿ ਪੰਜਾਬੀ ਕੀ ਹੈ ਇੱਕ ਪਿਛੇਤਰਾਤਮਕ ਭਾਸ਼ਾ ਹੈ ਜਿਹਦੇ ਵਿੱਚ ਪਿਛੇਤਰਾਂ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ, ਅਗੇਤਰਾਂ ਦੀ ਵਰਤੋਂ ਹੁੰਦੀ ਹੈ ਪਰ ਕੀ ਹੈ ਇੱਕ ਸੀਮਤ ਅਰਥਾਂ 'ਚ ਹੁੰਦੀ ਹੈ, ਬਹੁਤ ਘੱਟ, ਜਿਹੜੇ ਆਪਾਂ ਕਹਿ ਸਕਦੇ ਹਾਂ ਸਾਡੇ ਕੋਲ ਜਿਹੜੇ ਅਗੇਤਰ ਆ ਵਰਤੇ ਜਾਂਦੇ, ਪਿਛੇਤਰ ਬਹੁਤ ਜ਼ਿਆਦਾ ਵਰਤੇ ਜਾਂਦੇ ਆ ਪੰਜਾਬੀ ਭਾਸ਼ਾ ਦੇ। ਇੱਕ ਇਹ ਵੀ ਵਿਸ਼ੇਸ਼ਤਾ ਹੈ ਕਿ ਪੰਜਾਬੀ ਕੀ ਇੱਕ ਪਿਛੇਤਰਾਤਮਕ ਭਾਸ਼ਾ ਹੈ। ਪੰਜਾਬੀ ਦੀ ਬਹੁਤੀ ਸ਼ਬਦਾਵਲੀ ਕੀ ਆ, ਧੰਦ ਭਾਵ ਰੂਪ ਹੈ, ਠੀਕ ਹੈ ਜੀ। ਕਿਸੇ ਬੋਲੀ ਦੇ ਹੂ ਬਹੂ ਅਣਵਿਗੜੇ ਮੂਲ ਸ਼ਬਦ ਤਾਂ ਤੱਤ ਸਮ ਹੁੰਦੇ ਹਨ, ਅਰਥਾਤ ਮੂਲ ਭਾਸ਼ਾ ਵਰਗੇ, ਪਰ ਜਦੋਂ ਉਹਨਾਂ ਸ਼ਬਦਾਂ ਵਿੱਚ ਕੋਈ ਤਬਦੀਲੀ ਕੀਤੀ ਜਾਂਦੀ ਹੈ ਤਾਂ ਉਹ ਸ਼ਬਦ ਤੱਦ ਭਾਵ ਬਣ ਜਾਂਦੇ ਹਨ। ਹੁਣ ਕਹਿਣ ਦਾ ਭਾਵ ਜਦੋਂ ਕੋਈ ਭਾਸ਼ਾ ਕਿਸੇ ਦੂਸਰੀ ਭਾਸ਼ਾ ਤੋਂ ਸ਼ਬਦ ਲੈਂਦੀ ਹੈ ਅਤੇ ਜੇਕਰ ਉਸ ਨੂੰ ਮੂਲ ਰੂਪ ਵਿੱਚ ਜਿਵੇਂ ਉੱਧਰ ਸੀ ਉਵੇਂ ਹੀ ਲੈ ਲਿਆ ਜਾਵੇ ਤਾਂ ਉਹ ਕੀ ਹੁੰਦਾ ਤੱਤ ਸਮ, ਪਰ ਜਦੋਂ ਉਸ ਦੇ ਵਿੱਚ ਥੋੜ੍ਹਾ ਜਿਹਾ ਬਦਲਾਵ ਕੀਤਾ ਜਾਵੇ ਉਹਨੂੰ ਕੀ ਕਹਿੰਦੇ ਤੱਦ ਭਾਵ। ਅਤੇ ਪੰਜਾਬੀ ਭਾਸ਼ਾ ਨੇ ਜਦੋਂ ਦੂਸਰੀਆਂ ਭਾਸ਼ਾਵਾਂ ਕੋਲੋਂ ਸ਼ਬਦ ਲਏ ਹੈ ਅਤੇ ਉਹ ਕਿਸ ਰੂਪ 'ਚ ਲਏ ਆ, ਤੱਦ ਭਾਵ ਰੂਪ 'ਚ। ਕਹਿਣ ਦਾ ਭਾਵ ਕੀ ਹੈ ਉਹਨਾਂ ਵਿੱਚ ਥੋੜ੍ਹਾ ਬਹੁਤਾ ਜਿਹੜਾ ਚੇਂਜ ਕਰਕੇ ਅਤੇ ਫਿਰ ਜਿਹੜੇ ਲਏ ਆ। ਹੁਣ ਸਾਡੇ ਕੋਲ ਕੀ ਹੈ ਮੂਲ ਤੱਤ ਸਮ ਸ਼ਬਦ ਹੈ, ਇਹ ਕੀ ਹੈ ਸਾਡੇ ਕੋਲ ਸੰਸਕ੍ਰਿਤ ਦੇ ਸ਼ਬਦ ਹੈ, ਨਿਦਰਾ, ਵਾਕਸ਼, ਹਸਤ, ਭ੍ਰਮ। ਹੁਣ ਨਿਦਰਾ ਨੂੰ ਪੰਜਾਬੀ 'ਚ ਕੀ ਕਰ ਦਿੱਤਾ ਗਿਆ, ਨੀਂਦ। ਵਾਕਸ਼ ਨੂੰ ਕੀ ਕਰ ਦਿੱਤਾ ਗਿਆ, ਵੱਖੀ। ਹਸਤ ਨੂੰ ਕੀ ਕਰ ਦਿੱਤਾ ਗਿਆ, ਹੱਥ। ਭ੍ਰਮ ਨੂੰ ਕੀ ਕਰ ਦਿੱਤਾ ਗਿਆ, ਭਰਮ। ਹਿਰਦੇ ਨੂੰ ਕੀ ਕਰ ਦਿੱਤਾ ਗਿਆ, ਹਿਰਦਾ। ਸਟੇਸ਼ਨ ਕੀ ਕਰ ਦਿੱਤਾ, ਟੇਸ਼ਨ। ਵਰਗ ਨੂੰ ਵਗ, ਛਾਪ ਨੂੰ ਸਰਾਪ, ਸਾਈਕਲ ਨੂੰ ਸਾਈਕਲ। ਹੁਣ ਕੀ ਕੀਤਾ, ਜੇਕਰ ਨਿਦਰਾ ਨੂੰ ਨਿਦਰਾ ਲੈ ਲੈਂਦੇ, ਵਾਕਸ਼ ਨੂੰ ਵਾਕਸ਼ ਲੈ ਲੈਂਦੇ ਤਾਂ ਕੀ ਹੋਣਾ ਸੀ, ਤੱਤ ਸਮ। ਪਰ ਜਦੋਂ ਹੁਣ ਕੀ ਅਸੀਂ ਪੰਜਾਬੀ ਨੇ ਇਹਨਾਂ ਸ਼ਬਦਾਂ ਨੂੰ ਅਪਣਾਇਆ ਅਤੇ ਕਿਸ ਹਿਸਾਬ ਨਾਲ ਅਪਣਾਇਆ, ਥੋੜ੍ਹੀ ਉਹਨਾਂ 'ਚ ਤਬਦੀਲੀ ਕਰਕੇ, ਕਹਿਣ ਦਾ ਭਾਵ ਕਿ ਉਹਦਾ ਤੱਦ ਪਦੀਕਰਨ ਕਰਕੇ ਜਿਹੜਾ ਕੀ ਹੈ ਨੀਂਦ, ਵੱਖੀ, ਹੱਥ, ਭਰਮ, ਹਿਰਦਾ, ਸੋਗ, ਟੇਸ਼ਨ, ਸਾਈਕਲ, ਸਰਾਪ ਅਤੇ ਵਗ। ਇੱਥੋਂ ਕੀ ਸਾਬਤ ਹੁੰਦਾ, ਪੰਜਾਬੀ ਕੀ ਹੈ ਇੱਕ ਤੱਦ ਭਵੀ ਕਰਨ ਵਾਲੀ ਭਾਸ਼ਾ ਜਿਹਦੇ ਵਿੱਚ ਬਹੁਤੇ ਸ਼ਬਦ ਜਿਹੜੇ ਆ ਤੱਦ ਭਾਵ ਕਰਕੇ ਲਏ ਜਾਂਦੇ ਹਨ। ਹੁਣ ਆ ਗਿਆ ਉਪ ਭਾਸ਼ਾਵਾਂ। ਸਭ ਤੋਂ ਪਹਿਲਾਂ ਜਾਣ ਲੈਣਾ ਇਹ ਜ਼ਰੂਰੀ ਹੈ ਕਿ ਉਪ ਭਾਸ਼ਾ ਚੀਜ਼ ਕੀ ਹੈ, ਠੀਕ ਹੈ ਜੀ। ਹੁਣ ਅਸੀਂ ਜਾਣਦੇ ਹਾਂ ਕਿ ਪੰਜਾਬੀ ਇੱਕ ਕੀ ਹੈ, ਬਹੁਤ ਵੱਡੇ ਖੇਤਰ ਦੇ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਹੈ, ਜਿਹਦੇ ਵਿੱਚ ਸਾਡਾ ਹੁਣ ਵਾਲਾ ਪੰਜਾਬ ਜਿਹਨੂੰ ਅਸੀਂ ਪੂਰਬੀ ਪੰਜਾਬ ਕਹਿੰਦੇ ਹਾਂ, ਜਾਂ ਉਸ ਤੋਂ ਇਲਾਵਾ ਪੱਛਮੀ ਪੰਜਾਬ, ਜਿਹੜਾ ਦੋ ਜਿਹੜੇ ਮੂਲ ਜਿਹੜੇ ਖੇਤਰ ਹੈ ਪੰਜਾਬੀ ਭਾਸ਼ਾ ਦੇ ਹੈ, ਠੀਕ ਹੈ। ਉਹ ਕੀ ਹੈ ਇੱਕ ਪੂਰਾ ਖੇਤਰ ਹੈ ਪੰਜਾਬੀ ਭਾਸ਼ਾ ਦਾ। ਅਤੇ ਉਪ ਭਾਸ਼ਾ ਕੀ ਹੈ, ਕਿਸੇ ਭਾਸ਼ਾ ਦੇ ਥੋੜ੍ਹੇ ਖੇਤਰ ਦੇ ਵਿੱਚ ਜਿਹੜਾ ਬੋਲੀ ਦੇ ਵਖਰੇਵੇਂ ਵਾਲੀ ਭਾਸ਼ਾ ਬੋਲੀ ਜਾਂਦੀ ਹੈ, ਉਸ ਨੂੰ ਕੀ ਕਿਹਾ ਜਾਂਦਾ, ਉਪ ਭਾਸ਼ਾ ਜਾਂ ਇਲਾਕਾਈ ਭਾਸ਼ਾ। ਇਲਾਕਾਈ ਭਾਸ਼ਾ ਦਾ ਮਤਲਬ ਵੀ ਜਦੋਂ ਅਸੀਂ ਨਾਮ ਪੜ੍ਹਦੇ ਹਾਂ, ਇਲਾਕਾਈ ਭਾਸ਼ਾ ਮਤਲਬ ਕੀ ਹੈ, ਕਿਸੇ ਖਾਸ ਥੋੜ੍ਹੇ ਇਲਾਕੇ ਦੇ ਵਿੱਚ ਬੋਲੀ ਜਾਣ ਵਾਲੀ ਭਾਸ਼ਾ। ਉਹਦਾ ਕੀ ਹੁੰਦਾ, ਜਿਹੜੀ ਮੂਲ ਭਾਸ਼ਾ ਹੈ ਪੰਜਾਬੀ ਭਾਸ਼ਾ ਹੈ ਜਾਂ ਹੋਰ ਕੋਈ ਭਾਸ਼ਾ, ਆਪਾਂ ਕਿਸੇ ਉਪ ਭਾਸ਼ਾ ਦੀ ਗੱਲ ਕਰ ਰਹੇ ਹਾਂ, ਜੇ ਪੰਜਾਬੀ ਦੀ ਜਿਹੜੀ ਕਿ
ਉਪਭਾਸ਼ਾ ਹੋਵੇਗੀ ਉਹਦਾ ਕੀ ਹੋਵੇਗਾ, ਮੂਲ ਭਾਸ਼ਾ ਦੇ ਨਾਲ ਉਹ ਸ਼ਬਦਾਂ ਨੂੰ ਵਿਆਕਰਣ ਨੂੰ ਜਾਂ ਉਸ ਤੋਂ ਇਲਾਵਾ ਮੁਹਾਵਰੇ ਨੂੰ ਲੈ ਕੇ ਕੀ ਹੈ ਥੋੜ੍ਹਾ ਫਰਕ ਹੋਵੇਗਾ। ਠੀਕ ਹੈ, ਉਸ ਖੇਤਰ ਦੇ ਵਿੱਚ ਜਿਹੜੀ ਬੋਲੀ ਜਾਣ ਵਾਲੀ ਭਾਸ਼ਾ ਹੈ ਉਸ ਨੂੰ ਕੀ ਕਿਹਾ ਜਾਂਦਾ, ਉਪਭਾਸ਼ਾ। ਜਿੱਦਾਂ ਹੁਣ ਪੰਜਾਬੀ ਜਿਹੜੀ ਹੈ ਉਹਦੇ ਵਿੱਚ ਅਸੀਂ ਜਿਹੜੇ ਉਪਭਾਸ਼ਾਵਾਂ ਦੀ ਗੱਲ ਕਰਦੇ ਹਾਂ ਤਾਂ ਮਾਝੀ, ਦੁਆਬੀ, ਮਲਵਈ, ਪੁਆਧੀ, ਮੁਲਤਾਨੀ, ਪੋਠੋਹਾਰੀ, ਝਾਂਗੀ, ਡੋਗਰੀ, ਇਹ ਸਾਰੇ ਕੀ ਨੇ, ਉਪਭਾਸ਼ਾਵਾਂ ਨੇ। ਇਹਨਾਂ ਦਾ ਮਤਲਬ ਕੀ ਹੈ, ਜਿਹੜੀ ਮਲਵਈ ਹੈ ਉਹ ਕਿੱਥੇ ਬੋਲੀ ਜਾਂਦੀ ਹੈ, ਮਾਲਵੇ ਦੇ ਖੇਤਰ ਵਿੱਚ। ਮਾਝੀ ਕਿੱਥੇ ਬੋਲੀ ਜਾਂਦੀ ਹੈ, ਮਾਝੇ ਦੇ ਖੇਤਰ ਵਿੱਚ। ਕਹਿਣ ਦਾ ਭਾਵ ਕੀ ਹੈ, ਉਪਭਾਸ਼ਾ ਉਹ ਭਾਸ਼ਾ ਹੈ ਜਿਹੜੀ ਕਿਸੇ ਵੱਡੇ ਭਾਸ਼ਾ ਦੇ ਖੇਤਰ ਦੇ ਵਿੱਚ ਥੋੜ੍ਹੇ ਇਲਾਕੇ ਦੇ ਵਿੱਚ ਬੋਲੀ ਜਾਂਦੀ ਹੈ ਅਤੇ ਜਿਹਦਾ ਕੀ ਹੈ ਆਪਣਾ ਕੀ ਹੈ ਸ਼ਬਦ ਭੰਡਾਰ ਹੁੰਦਾ ਹੈ। ਠੀਕ ਹੈ ਜੀ, ਉਸ ਨੂੰ ਅਸੀਂ ਕੀ ਕਹਿੰਦੇ ਹਾਂ, ਉਪਭਾਸ਼ਾ। ਠੀਕ ਹੈ ਜੀ, ਅਗਲਾ ਜਿਹੜਾ ਸਾਡਾ ਟੋਪਿਕ ਹੈ ਉਹ ਕੀ ਹੈ, ਉਪਭਾਸ਼ਾ। ਠੀਕ ਹੈ, ਹੁਣ ਜਿਹੜਾ ਅਸੀਂ ਪਿੱਛੇ ਚਰਚਾ ਕਰ ਰਹੇ ਹਾਂ ਵੀ ਜਿਸ ਤਰ੍ਹਾਂ ਕਿ ਪੰਜਾਬੀ ਭਾਸ਼ਾ ਜਿਹੜੀ ਉਹ ਪੈਦਾ ਕਿਵੇਂ ਹੋਈ, ਠੀਕ ਹੈ ਜੀ, ਉਸ ਦੀ ਵਿਸ਼ੇਸ਼ਤਾਵਾਂ ਕੀ ਨੇ, ਉਹਨਾਂ ਬਾਰੇ ਅਸੀਂ ਚਰਚਾ ਕੀਤੀ ਹੈ ਜਾਂ ਜਾਣਿਆ ਵੀ ਭਾਸ਼ਾ ਚੀਜ਼ ਕੀ ਹੈ। ਅਤੇ ਅਗਲਾ ਸਾਡਾ ਜਿਹੜਾ ਟੋਪਿਕ ਹੈ ਉਹ ਹੈ ਉਪਭਾਸ਼ਾ, ਅਤੇ ਜਿਹਦੀ ਅਸੀਂ ਚਰਚਾ ਕੀ ਹੈ ਅਸੀਂ ਅਗਲੀ ਕਲਾਸ ਦੇ ਵਿੱਚ ਕਰਾਂਗੇ, ਜਾਣਾਂਗੇ ਕਿ ਉਪਭਾਸ਼ਾ ਕੀ ਹੈ। ਠੀਕ ਹੈ ਜੀ, ਅਤੇ ਪੰਜਾਬੀ ਦੀ ਜਿਹੜੀ ਕਿਹੜੇ ਕਿਹੜੇ ਉਪਭਾਸ਼ਾਵਾਂ ਹੈ ਅਤੇ ਉਹਨਾਂ ਦੇ ਪਛਾਣ ਚਿੰਨ੍ਹ ਕੀ ਹੈ ਜਾਂ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਬੋਲੀ ਜਾਂਦੀ ਹੈ ਉਹ ਕੀ ਅਸੀਂ ਅਗਲੀ ਕਲਾਸ ਦੇ ਵਿੱਚ ਕਰਾਂਗੇ। ਠੀਕ ਹੈ ਜੀ, ਅਤੇ ਜੁੜੇ ਰਹਿਣਾ, ਧੰਨਵਾਦ।